ਜੇ ਤੂੰ ਦੂਸਰੀ ਬੇਗਮ ਸਜਾ ਜਾਣੀ ਵੀ ਤੇ ਤੇਰਾ ਤੀਸਰਾ ਮੀਆਂ ਹੈ ਤੁਹਾਨੂੰ ਲੱਗਦਾ ਹੈ ਕਿ ਇੱਕ ਸਜਾ ਜਾਣੀ ਕਿਸੇ ਦੇ ਘਰ ਗਿਆ ਹੈ ਕੰਦ ਟੱਪੀ ਏ ਉਹਦੇ ਪਰਸੇ ਚੋਂ 90 ਹਜ਼ਾਰ ਕੱਢ ਲਿਆ ਹੈ ਉਹਦੇ ਸਿਰ ਤੇ ਪਸਤੌਰ ਰੱਖਦਾ ਹੈ ਗਵਾਹ ਸੀ ਉਸ ਦਾ ਹਾਂਜੀ ਅਬੀਰਾ ਲੋ ਯਾਰ ਮੈਂ ਇਹਨੂੰ ਸਗੀ ਭੈਣ ਮੰਨਦਾ ਸੀ ਅਬੀਰਾ ਨੂੰ ਤੇ ਭਾਈ ਜਾਨ ਨੂੰ ਸ਼ਾਦੀ ਤੋਂ ਪਹਿਲਾਂ ਹੀ ਪਤਾ ਸੀ ਕਿ ਭੈਣ ਦੀ ਸ਼ਾਦੀ ਹੋਈ ਹੈ ਕਿੰਨੇ ਬੱਚੇ ਨੇ ਹਾਂ ਮੈਂ ਸਜਾ ਜਾਣੀ ਦੀ ਬੀਵੀ ਹਾਂ ਇਹ ਉਦੋਂ ਹੋਈ ਹੈ ਜਦੋਂ ਇਹਨੂੰ ਤਲਾਕ ਹੋ ਗਈ ਹੈ ਨਾ ਉਦੋਂ ਕਹਿੰਦੇ ਆ ਮੈਂ ਸਜਾ ਜਾਣੀ ਦੀ ਬੀਵੀ ਆ ਇਹਨਾਂ ਦੋਵਾਂ ਦੇ ਕੋਲ ਜਿਹੜੇ ਘਰ 'ਚ ਬੈਠ ਕੇ ਵੀਡੀਓ ਬਣਾ ਰਹੀਆਂ ਨੇ ਨਾ ਉਹ ਮੇਰੇ ਖਿਆਲ ਨਾਲ ਸਜਾ ਜਾਨੀ ਨੇ ਲੈ ਕੇ ਦਿੱਤੇ ਹੋਏ ਨੇ ਇਹਨਾਂ ਨੂੰ ਉੱਥੇ ਗਏ ਨੇ ਜਦੋਂ ਉਹ ਤਫਤੀਸ਼ੀ ਨੇ ਦੇਖਿਆ ਹੈ ਕਿ ਇਹ ਤੇ 4 ਤਰੀਕ ਨੂੰ ਫੈਸਲਾਬਾਦ ਸੀ ਗਏ ਅਬੀਰ ਨੇ ਕਿਹਾ ਜੀ ਨਹੀਂ 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 ਜੀ ਇਹ ਮੇਰੇ ਕੋਲ ਗਲਤ ਲਗਾ ਹੋ ਗਈ 7 ਤਰੀਕ ਨੂੰ ਆਏ ਸੀ ਉਹ ਤੂੰ ਇਹਨੇ ਖਰਚਾ ਮੰਗਿਆ ਹੀ ਨਹੀਂ ਹੈ ਇਹ ਤਾਂ ਕਿ ਯਾਰ ਖਰਚਾ ਮੰਗੇ ਮੈਂ ਖਲੋਗਾਂ ਮੈਂ ਇਹਦੇ ਖਲੋਗਾਂ ਜੇ ਉਸਤਾਦ ਮੇਰਾ ਨਹੀਂ ਨਾ ਦੇਗਾ ਤੇ ਮੈਂ ਲੈ ਕੇ 다ਉਂਗਾ ਤੇ ਇਹਦੇ ਥੰਬਨੇਲ ਇਹਦੀਆਂ ਵੀਡੀਓਜ਼ ਦੇ ਵਿੱਚ ਗੱਲਾਂ ਕੀ ਹੁੰਦੀਆਂ ਸੀ ਹਾਏ ਦਿਲਜੀਤ ਮੈਂ ਤੇਰੇ ਕੋਲ ਆਜਾ ਮੈਨੂੰ ਇੰਨੇ ਪ੍ਰਪੋਜ਼ ਕਰਤਾ ਮੈਨੂੰ ਉਹਨੇ ਪ੍ਰਪੋਜ਼ ਕਰਤਾ ਦੇਖ ਲਓ ਇਹ ਵੀ ਉਹ ਥੰਬਨੇਲ ਹੋਈ ਨੇ ਸਜਾ ਜਾਨੀ ਮੰਨ ਗਿਆ ਹਾਂਜੀ ਕਿ ਮੇਰਾ ਟੈਸਟ ਕਰਾ ਲਓ ਮੈਂ ਰੈਡੀ ਹਾਂ ਆ ਜਿਹਨੇ ਕੀਤਾ ਹੈ ਉਹ ਮੰਨ ਗਿਆ ਅੱਛਾ ਇਹ ਤੇ ਇਲਜ਼ਾਮ ਲੱਗਾ ਹੈ ਠੀਕ ਹੈ ਤੇ ਜਿਹਨੇ ਲਾਇਆ ਹੈ ਉਹ ਫੋਨ ਹੀ ਨਹੀਂ ਚੁੱਕਦੀ ਯਾਰ 6 ਘੰਟੇ ਤੇ ਅਸੀਂ ਫੇਰ ਦੇ ਰਹੇ ਲੋਰ ਇਹ ਲੜਕੀ ਦੇ ਕੈਰੈਕਟਰ ਤੇ ਅਗਰ ਸਬੂਤ ਹੈ ਵਾ ਤੇ ਇਹ ਗੱਲ ਕਰ ਨਹੀਂ ਤੇ ਨਾ ਕਰ ਮੈਂ ਜਾਣਦੇ ਟੋਟੇ ਇਹਦੇ ਜਿਹਾ ਸਬੂਤ ਆਇਆ ਅਸਲਾਮੁਅਲੈਕੁਮ ਦੋਸਤੋ ਵੈਲਕਮ ਟੂ ਵਿਡੀ ਟਾਕ ਔਰ ਅੱਜ ਕੀ ਜੋ ਵਿਡੀ ਟਾਕ ਹੈ ਬਹੁਤ ਸਪੈਸ਼ਲ ਹੈ ਔਰ ਅੱਜ ਜੋ ਮੇਰੇ ਗੈਸਟ ਬੈਠੇ ਹੈ ਮੈਂ ਮੈਂ ਚਾਹਾਂਗਾ ਅੱਜ ਪੰਜਾਬੀ ਨਾਲ ਗੱਲ ਕਰਾਂ ਕਿਉਂਕਿ ਬੜਾ ਕੰਫਰਟੇਬਲ ਹੈ ਪੰਜਾਬੀ ਦੇ ਵਿੱਚ ਸਜਾਦ ਜਾਨੀ ਭਾਈ ਨੂੰ ਤੁਸੀਂ ਜਾਣਦੇ ਹੋਗੇ ਬੜੇ ਮਸ਼ਹੂਰ ਪਾਕਿਸਤਾਨ ਦੇ ਕਲਾਕਾਰ ਨੇ ਇੱਕ ਆਰਟਿਸਟ ਨੇ ਲੋਕਾਂ ਨੂੰ ਸਾਹਮਣੇ ਨੇ ਕਮੇਡੀਅਨ ਨੇ ਮੇਰੇ ਨਾਲ ਵੀ ਕੁਝ ਸਟਾਰ ਚ ਇਸ ਵੀਡੀਓ ਬਣਾਈ ਹੈ ਇਸ ਇਕੱਠੀਆਂ ਕਿਸੇ ਜ਼ਮਾਨੇ ਚ ਬਹੁਤ ਸ਼ੁਰੂ ਦੀ ਗੱਲ ਹੈ ਤੇ ਇੱਕ ਕੈਰੈਕਟਰ ਐਸਾ ਜਿਹੜਾ ਮੇਰਾ ਤੇ ਜਾਨੀ ਭਾਈ ਦੇ ਨਾਲ ਤੇ ਇੱਕ ਹੋਰ ਸੀ ਜਿੰਨਾ ਜਿੰਨਾ ਬਾਰੇ ਚ ਗੱਲ ਕਰਾਂਗੇ ਹੁਣੀ ਅਬੀਰਾ ਦੇ ਬਾਰੇ ਚ ਜਿਹਨੇ ਅੱਜ ਕੱਲ ਬੜਾ ਇਸ਼ੂ ਉੱਠਿਆ ਹੈ ਉਹਦੇ ਨਾਲ ਕੰਮ ਕੀਤਾ ਹੈ ਤੇ ਇਹ ਜਿਹੜਾ ਸਾਡਾ ਕੈਰੈਕਟਰ ਬੈਠਾ ਹੈ ਹਸਨਾਨ ਬਹੁਤ ਪੁਰਾਣਾ ਸਾਥੀ ਦੋਸਤ ਹੈ ਗਿਆ ਪਛ ਮਹਿਲ ਜਦੋਂ ਸ਼ੁਰੂ ਕੀਤਾ ਸੀਗਾ ਮੀਡੀਆ ਤੇ ਆਣਾ ਜਦੋਂ ਮੈਂ ਜ਼ੀਰੋ ਸੀ ਉਦੋਂ ਦਾ ਤੁਹਾਡਾ ਦੋਸਤ ਹਾਂ ਜਦੋਂ ਤੂੰ ਕੰਮ ਮਹਿਲ ਐਜ਼ ਅ ਆਫਿਸ ਬੁਆਏ ਸ਼ੁਰੂ ਕੀਤਾ ਐਜ਼ ਅ ਆਫਿਸ ਬੁਆਏ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਮੀਡੀਆ ਤੇ ਆ ਗਿਆ ਔਰ ਉਸ ਤੋਂ ਬਾਅਦ ਅੱਲਾ ਨੇ ਬਾਹ ਫੜ ਲਈ ਤੇ ਉਹ ਲਾਦਾ ਗੱਲ ਤੇਰੀ ਛੁਡਾਣੀਆਂ ਬਹੁਤ ਜ਼ਬਰਦਸਤ ਹੈ ਗਈਆਂ ਅੱਛੀਆਂ ਹਾਂ ਦੋ ਤਿੰਨ ਵਾਰ ਹੀ ਹਾਂ ਉਸ ਤੋਂ ਬਾਅਦ ਸਜਾਦ ਜਾਨੇ ਭਾਈ ਨਾ ਜਨਾਬ ਨੇ ਕੰਮ ਕੀਤਾ ਹੈ ਕਾਫੀ ਉਸ ਤੋਂ ਬਾਅਦ ਅਬੀਰਾ ਦੇ ਨਾਲ ਬੜੀ ਦੇਰ 2 ਸਾਲ ਤਕਰੀਬਨ ਵੀਡੀਓਜ਼ ਬਣਾਈਆਂ ਨੇ ਰਾਈਟ ਤੇ ਅੱਜਕੱਲ ਜਿਹੜਾ ਸਜਾਦ ਜਾਨੀ ਦੇ ਉੱਤੇ ਇਲਜ਼ਾਮਤ ਲੱਗੇ ਨੇ ਤੋਂ ਉਹਦੇ ਵਿੱਚ ਇੱਕ ਕੈਰੈਕਟਰ ਐਸਾ ਹੈ ਜਿਹੜਾ ਬਿਲਕੁਲ ਵਿਚਕਾਰ ਲਾਇ ਕਰ ਰਿਹਾ ਠੀਕ ਹੈ ਤੋਂ ਹਸਨੈਨ ਸਾਡੇ ਕੋਲ ਆਜ ਮੌਜੂਦ ਨੇ ਆਈਏ ਨਾਲ ਗੱਲਬਾਤ ਕਰਦੇ ਆਂ ਤੇ ਵੇਖਦੇ ਆਂ ਕਿ ਕੀ ਚੱਲ ਰਿਹਾ ਅੱਜਕੱਲ ਸਜਾਦ ਭਾਈ ਦੇ ਉੱਤੇ ਇਲਜ਼ਾਮਤ ਨੇ ਡਿਫਰੈਂਟ ਕਿ ਇਹਨਾਂ ਮਤਲਬ ਜ਼ਿਆਤੀ ਕੀਤੀ ਹੈ ਕਰ ਕਿਸੇ ਦੇ ਘਰ ਗੋਸਕੇ ਹਾਂਜੀ ਇਹ ਪਰਚਾ ਜਿਹੜਾ ਨੇ ਸਜਾ ਜਾਨੀ ਦੇ ਪਰਚਾ ਆਇਆ ਕਿਸੇ ਦੇ ਘਰ ਗੋਸਕੇ ਜ਼ਿਆਤੀ ਕੀਤੀ ਹੈ ਔਰ ਪੈਸੇ ਵੀ ਚੋਰੀ ਕੀਤੇ ਨੇ ਜੁਮਕੇ ਸ਼ੁਮਕੇ ਵੀ ਕੋਈ ਹਾਂਜੀ 90000 ਰੁਪਇਆ ਜੁਮਕੇ ਉਸ ਤੋਂ ਬਾਅਦ ਪਿਸਟਲ ਅੰਦਰ ਲੈ ਗਏ ਨੇ ਜ਼ਿਆਤੀ ਕਰ ਆਏ ਨੇ ਜ਼ਿਆਤੀ ਕਰ ਆਏ ਨੇ ਅੰਦਰ ਜਾ ਕੇ ਕੰਦ ਟੱਪ ਕੇ ਸਜਾ ਜਾਨੀ ਸਜਾਜ ਉਹ ਬੰਨੀ ਵੀ ਨਹੀਂ ਟੱਪੀ ਜਾਂਦੀ ਸਹੀ ਆ ਉਹ ਮਸਲਨ ਕਿ ਉਮਰ ਉਹਨਾਂ ਦੀ ਇੰਨੀ ਹੋ ਗਈ ਹੈ ਨਹੀਂ ਟੱਪ ਸਕਦੇ ਮੈਨੂੰ ਪਹਿਲੇ ਜਿਹੜੇ ਸਵਾਲ ਨੇ ਮੈਂ ਵੀਡੀਓ ਦੇਖੀ ਉਹਦੇ ਵਿੱਚ ਇਹ ਉਠਾਏ ਗਏ ਨੇ ਮੈਂ ਔਰ ਡਿਸਕਸ ਕਰਨਾ ਚਾਹ ਰਿਹਾ ਹਾਂ ਜੀ ਜ਼ਰੂਰ ਪਹਿਲਾ ਜੀ ਸਵਾਲ ਉਹਨਾਂ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਰਿਦਾ ਨੇ ਕਿਹਾ ਕਿ ਮੁੱਸੇ ਸ਼ਾਦੀਆਂ ਛੁਪਾਈ ਗਈ ਠੀਕ ਹੈ ਸ਼ਾਦੀ ਕੇ ਬਾਅਦ ਮੂਝੇ ਜਾ ਕੇ ਪਤਾ ਚਲਾ ਕਿ ਮੈਂ ਕਿਤਨੇ ਨੰਬਰ ਕੀ ਬੀਵੀ ਹੂੰ ਇਹਦੇ ਵਿੱਚ ਕਿੰਨੀ ਸਦਾਕਤ ਇਹ ਅਵੀਰਾ ਨੇ ਕਿਹਾ ਹੈ ਅਵੀਰਾ ਨੇ ਕਿਹਾ ਹਾਂ ਜੀ ਤੇ ਅਵੀਰਾ ਨੂੰ ਤੇ ਭਾਈ ਜਾਨ ਸ਼ਾਦੀ ਤੋਂ ਪਹਿਲੇ ਹੀ ਪਤਾ ਸੀ ਕਿ ਭਾਣ ਦੀ ਸ਼ਾਦੀ ਹੋਈ ਹੈ ਕਿੰਨੇ ਬੱਚੇ ਨੇ ਕਿਉਂਕਿ ਉਹਨਾਂ ਚੋਂ ਇੱਕ ਬੱਚੇ ਨੂੰ ਇਹ ਬਹੁਤ ਗਿਫਟ ਦਿੰਦੀ ਸੀ ਅੱਛਾ ਜਿੰਨੂੰ ਅੱਗੇ ਕਰਕੇ ਇਨੇ ਆਪਣੀ ਸ਼ਾਦੀ ਕਰਵਾਈ ਉਹਦੀ ਸਫਾਰਿਸ਼ ਵੀ ਸੀ ਵਿੱਚ ਥੋੜੀ ਗਲੇ ਹੀ ਨੇ ਬੜਾ ਬੜਾ ਕਲੇਮ ਕਰ ਰਹੇ ਹੋ ਅਬੀਰਾ ਕਹਿ ਰਹੀ ਹੈ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਜਾਨੀ ਦੇ ਪਿੱਛੇ ਕੋਈ ਸ਼ਾਦੀਆਂ ਹੋਈਆਂ ਤੇ ਬੱਚੇ ਵੀ ਹੈ ਠੀਕ ਹੈ ਸ਼ਾਦੀ ਤੋਂ ਬਾਅਦ ਪਤਾ ਚੱਲਿਆ ਕਿ ਬੱਚੇ ਵੀ ਆ ਤੇ ਇਸ ਨੂੰ ਪੁੱਛੋ ਇਨੇ ਅਬੀਰਾ ਕੋਈ ਪੁੱਛ ਲੋਗੇ ਇਨੇ ਸ਼ੂਜ਼ ਲੈ ਕੇ ਦਿੱਤੇ ਸੀ ਇੱਕ ਮੁੰਡੇ ਨੂੰ ਆਪਣੀ ਸ਼ਾਦੀ ਤੋਂ ਪਹਿਲੇ ਫੈਸਲਾਬਾਦ ਦਾ ਇੱਕ ਬੱਚਾ ਸੀ ਅੱਛਾ ਉਹ ਕੌਣ ਸੀ ਕਿਉਂ ਲੈ ਕੇ ਦਿੱਤੇ ਨੇ ਯਾਨੀ ਕਿ ਅਬੀਰਾ ਨੂੰ ਪਤਾ ਸੀ ਕਿ ਸ਼ਾਦੀशुदा ਹੈ ਬੱਚੇ ਵੀ ਹੈ ਜੀ ਬਿਲਕੁਲ ਠੀਕ ਹੈ ਤੋ ਦੂਸਰਾ ਦੋਵਾਂ ਆਪੱਚ ਤਾਲੂਕਾ ਕਿਸ ਤਰ੍ਹਾਂ ਦੇ ਸੀ ਕਿਉਂਕਿ ਉਹਨੇ ਕਲੇਮ ਕੀਤਾ ਕਿ ਜਾਨੀ ਬਾਈ ਬਹੁਤ ਗਾਲਾਂ ਕੱਢਦੇ ਸੀ ਅਸਤਗਫਿਰੁਲਾ ਜੀ ਅਸੀਂ ਤੇ ਉਹਨਾਂ ਦੇ ਪੁੱਤਰਾਂ ਜਿੰਨੇ ਵੀ ਉੱਤੇ ਕੰਮ ਕਰ ਰਿਹਾ ਸ਼ਾਗੀਰ ਦਾ ਤੁਹਾਨੂੰ ਵੀ ਪਤਾ ਹੈ ਫੈਸਲ ਬਾਈ ਨੂੰ ਵੀ ਜਾਣਦੇ ਆ ਤੁਸੀਂ ਮਿੱਠੇ ਨੂੰ ਵੀ ਜਾਣਦੇ ਹੋ ਫਰੀਦ ਨੂੰ ਵੀ ਮਿੰਨੂ ਵੀ ਮੈਂ ਇਹਦੇ ਘਰ ਵੀ ਰਿਹਾ ਵਾਂ ਜਦੋਂ ਭਾਇਨ ਹੁੰਦੇ ਸੀ ਅੱਛਾ ਯਾ ਜਦੋਂ ਮੈਂ ਸਟੂਡੀਓ ਭਾਇਨ ਕੋ ਹੁੰਦਾ ਸੀ ਉਦੋਂ ਇਹ ਹੁੰਦੀ ਸੀ ਰੋਡ ਸ਼ੋਗਨ ਤੇ ਉਹ ਬੰਦਾ ਕਿੱਦਾਂ ਮੈਂ ਤੇ ਕਸਮ ਵਿੱਚ ਝੂਠ ਕਹ ਸਕਦਾ ਮੈਂ ਨਹੀਂ ਆਪਣੇ ਕੰਨਾਂ ਨਾਲ ਇੱਕ ਵੀ ਗੱਲ ਸੁਣੀ ਜੁਗਤਾਂ ਸ਼ੁਗਤਾਂ ਜੋਗਤਾਂ ਤੇ ਦਿਨ ਰਾਤ ਇਹ ਆਪ ਕੈਮਰੇ ਤੇ ਮੰਨੇਗੀ ਕਿ ਮੈਨੂੰ ਜੁਗਤਾ ਮਾਰਦੇ ਸ ਬਲੋ ਕੋ ਛੋਟੀ ਜੁਤੀ ਹੁੰਦੀ ਅੱਛਾ ਇਹਦੇ ਨਾਤੇ ਤੇ ਬੜੀ ਜੁਗਤ ਹੁੰਦੀ ਸੀ ਮਸਲਨ ਮਤਲਬ ਕਿ ਇਹਦਾ ਦੇਖ ਲਓ ਮੂੰਹ ਘਾਟ ਤੇ ਨੱਕ ਜ਼ਿਆਦਾ ਹੈ ਅੱਛਾ ਇਹ ਹੋ ਸਕਦਾ ਇਹਨੂੰ ਗਾਲਾਂ ਕਿਸੇ ਕੰਸੀਲਰ ਕੀਤੀਆਂ ਹੋਣ ਉਹ ਨਹੀਂ ਯਾਰ ਉਹ ਐਵੇਂ ਝੂਠ ਬੋਲ ਰਹੀ ਹੈ ਕੋਈ ਗਾਲ-ਵਚਾਲ ਨਹੀਂ ਹੁੰਦੀ ਹੋ ਸਕਦਾ ਕਿ ਯਾਰ ਕਿਸੇ ਦੇ ਸਾਹਮਣੇ ਕਿਹਾ ਹੋਵੇ ਤੇ ਇਨਸਲਟ ਫੀਲ ਕੀਤੀ ਹੋਵੇ ਕਿ ਯਾਰ ਇਹ ਮੈਨੂੰ ਗਾ ਹੈ ਜੁਗਤਾਂ ਲੇਕਿਨ ਮੈਨੂੰ ਗਾਲ ਦੀ ਤਰ੍ਹਾਂ ਲੱਗੀ ਕਿਉਂਕਿ ਮੈਂ ਭਾਈ ਜਨ ਜੁਗਤ ਉਹਨੂੰ ਗਾਲ ਲੱਗ ਰਹੀ ਹੈ ਨਾ ਜੋ ਕੁਛ ਉਹ ਕੈਮਰੇ ਤੇ ਕਰਦੀ ਫਿਰ ਰਹੀ ਹੈ ਇਹ ਫੇ ਕੀ ਹੈ ਉਹਦੇ ਹਿਸਾਬ ਨਾਲ ਅੱਛਾ ਦੂਸਰਾ ਹੈ ਕਿ ਚੈਨਲ ਤੁਸੀਂ ਦੱਸਿਆ ਕਿ ਜਾਨੀ ਭਾਈ ਨੇ ਬਣਾ ਕੇ ਦਿੱਤਾ ਬੇਸ਼ੱਕ ਇਹ ਉਹ ਤੋਂ ਹਿੰਦੇ ਦੁਨੀਆ ਨੂੰ ਕੰਮ ਅਬੀਰਾ ਕਰ ਰਹੀ ਸੀ ਟੋਟਲ ਨਹੀਂ ਨਹੀਂ ਕੀ ਅਬੀਰਾ ਨੂੰ ਵੌਇਸ ਮੈਸੇਜ ਆਉਂਦੇ ਸੀ ਆ ਤੂੰ ਪੁੱਛਣਾ ਵਾ ਅੱਛਾ ਜਵਾਬ ਤੱਕ ਗੋਣੇ ਹੁੰਦੇ ਸੀ ਕਿ ਜੇ ਤੈਨੂੰ ਉਸ ਭਾਈ ਨੇ ਆ ਗੱਲ ਕੀਤੀ ਤੇ ਤੂੰ ਆ ਕਹਿਣਾ ਵਾ ਜੇ ਉਹ ਗੱਲ ਕੀਤੀ ਤੇ ਆ ਕਹਿਣਾ ਯਾਨੀ ਕਿ ਜਿਹੜਾ ਪੂਰਾ ਪਿੱਛੇ ਮਾਸਟਰ ਮਾਈਂਡ ਸੀਗਾ ਉਹ ਜਾਨੀ ਦਾ ਸੀ ਅਬੀਰਾ ਦੇ ਚੈਨਲ ਦੇ ਪਿੱਛੇ ਜੀ ਬਿਲਕੁਲ ਜਦੋਂ ਪਹਿਲੀ ਵਾਰ ਇਹਨੇ ਪੰਜਾਬੀ ਬੋਲੀ ਸੀ ਨਾ ਹਾਂ ਭਾਇਣ ਦੇ ਸਾਹਮਣੇ ਹਾਂ ਉਦੋਂ ਇਹ ਸਿਰਫ ਕਲੱਚਸ ਬਣਾਉਣ ਆਈ ਸੀ ਹੈਂਡ ਮੇਡ ਕਲੱਚਸ ਬਣਾਉਂਦੀ ਸੀ ਅੱਛਾ ਉਹਦੇ ਪੈਸੇ ਲੈਣ ਆਈ ਸੀ ਕਿ ਮੈਨੂੰ ਕਲੱਚਸ ਮੈਂ ਬਣਾਉਂਦੀ ਆ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੇ ਭਾਇਣ ਨੇ ਉਹ ਪੈਸੇ ਦਿੱਤੇ ਕਲੱਚਸ ਬਣਾਉਣਾਈ ਤੇ ਜਦੋਂ ਇਹ ਬੋਲਦੀ ਸੀ ਉਰਦੂ ਅੱਛਾ ਥੋੜੀ ਜਿਹੀ ਇੰਗਲਿਸ਼ ਸਪੀਕਿੰਗ ਵੀ ਆਈ ਇਹ ਵੀ ਘਰ ਜੇ ਇੰਗਲਿਸ਼ ਸਪੀਕਿੰਗ ਨੇ ਉਰਦੂ ਸਪੀਕਿੰਗ ਨੇ ਹੂੰ ਉਹਨਾਂ ਤੇ ਮਾਂ ਬੋਲੀ ਸਮਝ ਰਹੀ ਨਾ ਪੰਜਾਬੀ ਨੂੰ ਉਹ ਸਿਰਫ ਇੱਕ ਕਾਰਡ ਖੇਡ ਰਹੀ ਪੰਜਾਬੀ ਦਾ ਅੱਛਾ ਤੇ ਯਾਰ ਵੀ ਤਾਂ ਬਹੁਤ ਅੱਛੀ ਹੈ ਬਹੁਤ ਫਲੂਐਂਟ ਹੈ ਪੰਜਾਬੀ ਉਹ ਵੀ ਮੈਂ ਤਾਂ ਅੰਦਾਜ਼ਾ ਦਾਂ ਕਿੰਨੇ ਗਿਆ ਕਿ ਤੇਰੀ ਪੰਜਾਬੀ ਇੰਨੇ ਗਿਆ ਸੀ ਕਿ ਮੇਰੀ ਪੰਜਾਬੀ ਅੱਛੀ ਨਹੀਂ ਹੂੰ ਫਿਰ ਉਸ ਭਾਈ ਨੇ ਗਿਆ ਸੀ ਜਦੋਂ ਇਹਨੇ ਪੰਜਾਬੀ ਬੋਲੀ ਕਿ ਮੈਂ ਤੇਰੀ ਇਹੀ ਪੰਜਾਬੀ ਵੇਚਣੀ ਹੈ ਅੱਛਾ ਇਹ ਉਸ ਭਾਈ ਨੇ ਗਿਆ ਤੇ ਮੈਂ ਹਲਫੀਆ ਬਿਆਨ ਦੇਣਾ ਵਾਂ ਕਿ ਉਸ ਭਾਈ ਨੇ ਗਿਆ ਸੀ ਤੇ ਅੱਜ ਉਹਨੇ ਵੇਚੀ ਹੈ ਅੱਛਾ ਉਹ ਪੰਜਾਬੀ ਜੋ ਵੇਚਣ ਦੀ ਗੱਲ ਹੁੰਦੀ ਉਦੋਂ ਜਾਨੀ ਭਾਈ ਦੇ ਨਾਲ ਬਸ ਦੋਸਤੀ ਹੋਈ ਹੈਲੋ ਹਾਈ ਹੋਈ ਇੱਕ ਪ੍ਰੋਫੈਸ਼ਨਲ ਰਿਲੇਸ਼ਨ ਬਣਿਆ ਨਾ 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 ਕੋਈ ਰਿਲੇਸ਼ਨ ਨਹੀਂ ਸੀ ਕਿਸੇ ਦੇ ਰੈਫਰੈਂਸ ਨਾ ਆਈ ਸੀ ਸਿਰਫ ਇਹ ਕਹਿਣ ਕਿ ਜੀ ਮੈਂ ਮੇਚ ਆ ਟੈਲੈਂਟ ਆ ਅੱਛਾ ਮੇਰੇ ਕੋ ਪੈਸੇ ਨਹੀਂ ਹੈ ਮੇਰੇ ਕੋ ਮਾਰਕੀਟ ਨਹੀਂ ਹੈ ਆ ਕਲਚਸ ਜਿਹੜੇ ਮੈਂ ਬਣਾਉਂਦੀ ਆ ਇਹ ਵੇਚਣ ਦੀ ਠੀਕ ਹੈ ਤੇ ਭਾਈ ਨੇ ਪੈਸੇ ਦਿੱਤੇ ਸੀ ਉਸੇ ਟਾਈਮ ਹਸਨ ਭਾਈ ਨੇ ਦੁਬਈ ਚ ਸ਼ਾਇਦ ਉਹ ਵੀ ਸੌਂ ਰਹੇ ਹੋਣ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਗੱਲ ਸੱਚੀ ਹੈ ਇਹਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਗੱਲ ਸੱਚੀ ਹੈ ਪਾਏ ਨੇ ਉਹਦਾ ਹੀ ਫੋਨ ਕਰਕੇ ਗਿਆ ਸੀ ਕਿ ਯਾਰ ਇਦਾਂ ਇਦਾਂ ਕਲੱਚ ਇਹ ਜਿਹੜਾ ਚੈਨਲ ਬਣਾ ਕੇ ਦਿੱਤਾ ਵਾ ਉਹਦੀ ਓਨਰਸ਼ਿਪ ਜਾਨੀ ਭਾਈ ਕੋ ਨਾ 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 ਹਾਂ ਐਡਸਨਸ ਇਹਦਾ ਬੈਂਕ ਅਕਾਊਂਟ ਇਹਦਾ ਟੂ ਸਟੈਪ ਵੈਰੀਫਿਕੇਸ਼ਨ ਇਹਦੀ ਨਹੀਂ ਦੇਖੋ ਉਹ ਕਿਸ ਤਰ੍ਹਾਂ ਕਲੇਮ ਕਰੇ 4 ਲੱਖ ਰੁਪਏ ਆਂਦਾ ਤੇ ਮੈਨੂੰ ਪੇਮੈਂਟ ਭਾਈ ਜਨ ਜਦੋਂ ਇਹ ਕਲੇਮ ਹੋਇਆ ਨਾ ਜਿਹੜੀ ਮੈਂ ਤੁਹਾਡੇ ਨਾਲ ਅੱਗੇ ਗੱਲ ਕੀਤੀ ਕਿ ਵੈਸਨ ਗਿਆ 4 ਲੱਖ ਰੁਪਏ ਆਂਦਾ ਉਦੋਂ ਇਹਨੇ ਮੰਗ ਲਿਆ ਉਤੋਂ ਹੀ ਤਾਂ ਲੜਾਈਆਂ ਮਤਲਬ ਕਿ ਇਹਨੇ ਕਿਹਾ ਕਿ ਤੁਸੀਂ ਮੇਰੇ ਪੈਸੇ ਖਾ ਰਹੇ ਹੋ ਇੱਕ ਬੰਦਾ ਹੁਣ ਤੈਨੂੰ ਆਪਣਾ ਕੈਮਰਾ ਦੇ ਰਿਹਾ ਕੈਮਰਾ ਕਿੰਨੇ ਦਾ ਹੁੰ ਠੀਕ ਐ ਐਡੀਟਰ ਦਿੱਤਾ ਹੈ ਤੈਨੂੰ ਕੈਮਰਾਮੈਨ ਦਿੱਤਾ ਹੈ ਉਸ ਤੋਂ ਬਾਅਦ ਤੇਰੀ ਲੋਕੇਸ਼ਨ ਸਾਰੀ ਉਹ ਐਡਜਸਟ ਕਰ ਰਿਆ ਔਰ ਇਹਦੇ ਤੇ ਖਰਚੇ ਹੁੰਦੇ ਨੇ ਹੂੰ 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 ਉਹਦੇ ਤੇ ਕਰਜਾ ਉਹਦੇ ਤੇ ਜੇ ਬੰਦਾ ਕੋਈ ਜੇਬੋਂ ਖਰਚਾ ਦੇ ਲਾ ਰਿਆ ਹੈ ਅਗਰ ਚੈਨਲ ਬਣਾਇਆ ਨਾ ਮੈਂ ਵੀ ਇਹ ਕਹਿਣਾ ਚਾਹੁੰਦਾ ਅਗਰ ਮੈਂ ਕਿਤੇ ਇਨਵੈਸਟਮੈਂਟ ਕਰ ਰਿਆ ਆਪਣਾ ਮੈਂ ਕੈਮਰਾ ਦੇ ਰਿਆ ਲੱਖ ਰੁਪਏ ਦਾ ਲਾਈਟ ਐਕਸਪੀਰੀਅੰਸ ਸਾਰਾ ਸਪੋਰਟ ਕਰ ਰਿਆ ਅਗਰ ਇੱਕ ਬੰਦਾ ਸਿਰਫ ਕੈਮਰੇ ਸਾਹਮਣੇ ਆ ਕੇ ਬੋਲ ਰਿਹਾ ਔਰ ਉਸ ਤੋਂ ਬਾਅਦ ਉਹ ਕਹੇ ਜੀ ਚੈਨਲ ਮੇਰਾ ਔਨ ਕਰ ਦੇ ਐਦੇ ਗਲਤ ਗੱਲ ਏ ਗੱਲ ਹੋਈ ਏ ਇੱਕ ਬੰਦਾ ਖਰਚਾ ਕਰਕੇ ਜੇ ਉਹਨਾਂ ਬੰਦੇਆਂ ਦੀਆਂ ਤਨਖਾਹਾਂ ਕੱਢ ਰਿਹਾ ਏ ਤੇਰੇ ਇਹ ਮਕਸਦ ਨਹੀਂ ਹੋ ਤੇਰੇ ਪੈਸੇ ਖਾ ਰਿਹਾ ਏ ਉਹ ਜੋ ਬਚ ਰਿਹਾ ਉਹ ਤੈਨ ਦੇ ਰਿਹਾ ਅੱਛਾ ਉਸ ਤੋਂ ਬਾਅਦ ਇਹਨੇ ਡਿਮਾਂਡ ਕੀਤੀ ਜਦੋਂ ਸਾਰੀ ਕਮਾਈ ਬੰਦੇ ਉਹ ਗੇ ਸਾਰੀ ਕਮਾਈ ਮੈਨੂੰ ਦੇ ਅੱਛਾ ਭਾਈ ਨੇ ਫੋਰੀ 2 ਸਟੈਪ ਵੈਰੀਫਿਕੇਸ਼ਨ ਇਹਦੀ ਲਾਤੀ ਇਹਨੂੰ ਐਡਸਨ ਇਹਦਾ ਦੇ ਦਿੱਤਾ ਬੈਂਕ ਅਕਾਊਂਟ ਇਹਦਾ ਲੱਗ ਗਿਆ ਅੱਛਾ ਜਾਨੀ ਬਾਈ ਦੇ ਉੱਤੇ ਇਲਜ਼ਾਮ ਲਾਏ ਗਏ ਕਿ ਸ਼ਾਦੀਆਂ ਬੇਤਹਾਸ਼ਾ ਸ਼ਾਦੀਆਂ ਕੀਤੀਆਂ ਹੂ ਯਾਰ ਸਜਾ ਜਾਣੀ ਪੰਜ ਸ਼ਾਦੀਆਂ ਤੱਕ ਤੇ ਆਵਾਜ਼ ਆਈ ਔਰ ਉਹਨੇ ਕਿਹਾ ਕਿ ਪੰਜ ਸ਼ਾਦੀਆਂ ਤੇ ਮੈਨੂੰ ਕਨਫਰਮ ਆ ਵਿਦ ਸਬੂਤ ਲੇਕਿਨ ਜਿਹੜੇ ਬਾਕੀਆਂ ਹੋਰ ਕਿੰਨੇ ਸਕੈਂਡਲ ਚੱਲ ਰਹੇ ਔਰ ਕਿੰਨੇ ਅਫੇਅਰ ਚੱਲ ਰਹੇ ਹੋਰ ਕਿੰਨੀ ਸ਼ਾਦੀਆਂ ਕੀਤੀਆਂ ਉਹਨਾਂ ਦਾ ਮੈਨੂੰ ਨਹੀਂ ਪਤਾ ਜਿਹਨਾਂ ਪੰਜ ਦਾ ਪਤਾ ਮੈਂ ਉਹਨਾਂ ਬਾਰੇ ਚ ਬੋਲ ਰਹੀ ਐ ਚ ਕਿੰਨੀ ਹਕੀਕਤ ਇਹਨੇ ਜਿੰਨੀ ਕੀ ਹਕੀਕਤ ਦੇਦੀ ਉਹ ਐਫ ਆਈ ਆਰ ਜੀ ਆ ਪਿਛਲੀਆਂ ਗੱਲਾਂ ਜਿਹਨਾਂ ਇੰਨੀ ਕੀ ਯਾਰ ਸੈਕੰਡਰੀ ਦਾ ਥਰਡ ਆ ਗਈ ਪਹਿਲੀ ਤੇ ਜੀ ਜੀ ਉਹਨਾਂ ਦੇ ਰਿਸ਼ਤੇ ਦਾ ਸੀ ਉਹ ਫੈਮਿਲੀ ਜੀ ਭਾਬੀ ਠੀਕ ਹਾਂਜੀ ਉਸ ਤੋਂ ਬਾਅਦ ਰਿਦਾ ਦੇ ਨਾਲ ਸ਼ਾਦੀ ਹੋਈ ਫਿਰ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਅਬੀਰਾ ਅਬੀਰਾ ਫਿਰ ਚੌਥੇ ਨੰਬਰ ਤੇ ਮੈਨੂੰ ਨਹੀਂ ਪਤਾ ਚੌਥੇ ਨੰਬਰ ਦਾ ਨਹੀਂ ਪਤਾ ਅਬੀਰਾ ਨੂੰ ਹੀ ਪਤਾ ਵਾ ਜਿਹੜਾ ਗੈਂ ਦੇ ਕਈ ਜਾਣਦੇ ਮਸਪੂਰ ਆਪ ਉਹਨੇ ਲਿਆ ਨਾਮ ਕੀ ਲੜਕੀ ਨੇ ਮੈਨੂੰ ਮੈਸੇਜ ਕੀਏ ਹੈ ਇੰਸਟਾਗ੍ਰam ਪਰ ਹਾਂ ਤਾਂ ਕਰੀ ਜਾਵੇ ਮੈਨੂੰ ਵੀ ਕਿਸੇ ਅਲੀ ਨਾਮ ਦੇ ਮੁੰਡੇ ਨੇ ਮੈਸੇਜ ਕੀਤੇ ਆ ਕਿ ਮੈਂ ਅਬੀਰਾ ਦੇ ਨਾਲ ਮੇਰਾ ਚੱਕਰ ਚੱਲਦਾ ਅਲਿਕੋ ਯਾਰ ਮੈਂ ਗੈਰਤ ਮਾਨਦਾ ਮੈਨੂੰ ਤੁਹਾਨੂੰ ਵੀ ਪਤਾ ਤੁਹੇ ਮੇਰੀ ਵੀਡੀਓ ਦੇਖੀ ਹੋਣੀ ਤੁਸੀਂ ਕਿ ਮੈਨੂੰ ਦੀਦੀ ਕਹਿਣਾ ਹੁੰਦਾ ਸੀ ਹਮ ਆਪੀ ਬਾਜੀ ਭੈਣ ਸਮਝਦਾ ਹੁੰਦਾ ਸੀ ਹਮ ਜਦੋਂ ਮੇਰੇ ਸਾਹਮਣੇ ਆ ਠੀਕ ਹੈ ਬਸ ਸਮਝ ਗਿਆ ਜਦੋਂ ਮੇਰੇ ਸਾਹਮਣੇ ਇਹ ਚੀਜ਼ਾਂ ਆਈਆਂ ਮੈਂ ਚਾਟਾ ਹੈ ਅਲੀ ਕੌਣ ਅਲੀ ਪਹਿਲੇ ਤੇ ਸਭ ਤੋਂ ਪਹਿਲੇ ਸੀ ਜਦੋਂ ਮੈਂ ਇਹਦੇ ਘਰ ਗਿਆ ਮੈਨੂੰ ਕਜ਼ਨ ਦੱਸਿਆ ਗਿਆ ਤੇ ਤੇਤੇ ਮੈਨੂੰ ਪਤਾ ਤੂੰ ਅੰਦਰ ਹਾਰਟ ਹੋਇਆ ਹੁਣੀ ਵੀਡੀਓ ਅਪਲੋਡ ਕੀਤੀ ਲੱਗਾ ਤੂੰ ਪੈਸੇ ਲੈ ਕੇ ਯਾਰ 60000 ਰੁਪਏ ਲੈ ਕੇ ਤੂੰ ਇੰਟਰਵਿਊ ਕੀਤਾ ਫਿਰ 1 ਲੱਖ ਰੁਪਏ ਲੈ ਕੇ ਇੰਟਰਵਿਊ ਕੀਤਾ ਵਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਕਿਉਂ ਛੱਡਿਆ ਮੈਨੂੰ ਉਸਤਾਦ ਦੀ ਨਹੀਂ ਕੋਈ ਟੈਨਸ਼ਨ ਹੈ ਉਸਤਾਦ ਜਾਣੇ ਇਹ ਜਾਣੇ ਇਹਦਾ ਮਸਲਾ ਉਸਤਾਦ ਲਈ ਮੈਂ ਸਿਰਫ ਇਸ ਤੋਂ ਨਿਕਲੇ ਇਹਨੇ ਪਰਚੇ ਨੂੰ ਅੱਗੇ ਲਿਆਂਦਾ ਉਹ ਪਰਚਾ ਦੋ ਨੰਬਰ ਤੇ ਗੱਲ ਕਰਦੇ ਐ ਅਸੀਂ ਦੁਬਾਰਾ ਉਹ ਕਰ ਲੈਨੇ ਆ ਪਰਚੇ ਦੀ ਆਪਾਂ ਗੱਲ ਠੀਕ ਹੈ ਮੈਂ ਛੱਡ ਕੇ ਇਸ ਵੇਲੇ ਆ ਤੋ ਆਇਆ ਮੈਂ ਇਹਨੂੰ ਭੈਣ ਕੇ ਨਾ ਸੀ ਫਿਰ ਜਦੋਂ ਮੈਂ ਹੌਲੀ ਹੌਲੀ ਤੇ ਘਰ ਰਿਹਾ ਨਾ ਫਿਰ ਮੈਨੂੰ ਪਤਾ ਲੱਗਾ ਉਹ ਤੇ ਹੈ ਹੀ ਮੁਗਲ ਨੇ ਮੇਰੇ خیال ਨਾਲ ਮਿਰਜ਼ਾ 에 ਰਾਜਪੂਤ ਅੱਛਾ ਤੇ ਮੈਂ ਗੱਲ ਨਹੀਂ ਕੀਤੀ ਕਿਉਂਕਿ ਮੇਰੇ ਕੋ ਕੋਈ ਸਬੂਤ ਨਹੀਂ ਸੀ ਹੈ ਮੈਂ ਕਿਉਂ ਇਹਦੇ ਕੈਰੇਕਟਰ ਤੇ ਉਂਗਲੀ ਚੁਕਾਂ ਇਹਦੇ ਘਰ ਰਹਿ ਕੇ ਚਲੋ ਪਰਸਨਲ ਨਾ ਹੋਵੋ ਪਰਸਨਲ ਤੇ ਮੈਂ ਨਾ ਹੋਈ ਆ ਉਮਰ ਭਾਈ ਮੈਂ ਮਤਲਬ ਕਿ ਕਿੰਨੇ ਕੇ ਪੈਸੇ ਲੈ ਕੇ ਤੁਹਾਡੇ ਕੋ ਇੱਥੇ ਬੈਠਾ 60000 ਰੁਪਏ ਮਤਲਬ ਕਿ ਮੈਨੂੰ ਜ਼ਮੀਰ ਫਰੋਸ਼ ਕਹਿਣ ਲਈ ਇਹ ਵੀਡੀਓ ਚ ਜ਼ਮੀਰ ਫਰੋਜ਼ ਔਰ ਤੂੰ ਆ ਬਸ ਤੋਕੇ ਠੀਕ ਹੈ ਠੀਕ ਹੈ ਠੀਕ ਹੈ ਯਾਰ ਇਜ਼ੀ ਠੀਕ ਹੈ ਮੈਂ ਅਸੀਂ ਪਰਸਨਲ ਜ਼ਾਤੀਆ ਤੇ ਨਹੀਂ ਆਣਾ ਚਾਹ ਰਹੇ ਯਾਰ ਉਹ ਥੋੜਾ ਜਿਹਾ ਕਿ ਆਈ ਤੇ ਮੈਂ ਤੇ ਆਪਣਾ ਡਿਫੈਂਸ ਅਸੀਂ ਜਿਹੜੇ ਇਫੈਕਟਸ ਜਿਹੜੇ ਹੋਏ ਨੇ ਉਹਨਾਂ ਬਾਰੇ ਗੱਲ ਕਰੀਏ ਬਿਲਕੁਲ ਠੀਕ ਹੈ ਅੱਛਾ ਇੱਕ ਹੋਰ ਗੱਲ ਜੀ ਕਿ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਚਲੋ ਇਸਲਾਮ ਦੇ ਵਿੱਚ ਚਾਰ ਸ਼ਾਦੀ ਇਜਾਜ਼ਤ ਹੈ ਟ੍ਰਾਈ ਕਰ ਸਕਦੇ ਜੀ ਬੇਸ਼ੱਕ ਪਾਕਿਸਤਾਨ ਦਾ ਕਾਨੂੰਨ ਵੀ ਇਹਨੂੰ ਮਨਾ ਨਹੀਂ ਕਰਦਾ ਠੀਕ ਹੈ ਅਗਰ ਕਿਸੇ ਬੰਦੇ ਨੇ ਚਾਰ ਸ਼ਾਦੀਆਂ ਕੀਤੀਆਂ ਨੇ ਠੀਕ ਹੈ ਉਹਨੂੰ ਕੋਈ ਮਤਲਬ ਨਹੀਂ ਕਰ ਸਕਦਾ ਪਾਕਿਸਤਾਨ ਵਿੱਚ ਐਟ ਲੀਸਟ ਔਰ ਨਾ ਇਹ ਗੁਨਾਹ ਹੈ ਨਾ ਇਹ ਕੋਈ ਜੁਰਮ ਹੈ ਜੁਰਮ ਹੈ ਹਾਂ ਲੇਕਿਨ ਹਕੂਕ ਅਦਾ ਕਰਨ ਦਾ ਇਸਲਾਮ ਨੇ ਕਿਹਾ ਹਾਂਜੀ ਠੀਕ ਹੈ ਇਹ اخلاق ਨੂੰ ਵੀ ਬੰਦਦਾ ਹੈ ਮੋਰਲੀ ਵੀ ਕਿ ਅਗਰ ਤੁਸੀਂ ਸ਼ਾਦੀਆਂ ਕੀਤੀਆਂ ਵਾ ਇਸਲਾਮ ਜੀ ਵੀ ਕਹਿ ਰਿਹਾ ਕਿ ਹੱਕ ਅਦਾ ਕਰ ਸਕਦੇ ਹੋ ਅਗਰ ਉਹਨਾਂ ਦਰਮਿਆਨ ਤੁਸੀਂ ਬੈਲੈਂਸ ਕਰ ਸਕਦੇ ਹੋ ਕਿ ਕਿਹਨੇ ਇਨਸਾਫ ਕਰ ਸਕਦੇ ਹੋ ਫਿਰ ਕਰੋ ਬੇਸ਼ੱਕ ਉਹ ਕਨਿਸਵਾਨਾ ਖਿਆਲ ਰੱਖ ਸਕਦਾ ਹਾਂ ਬਿਲਕੁਲ ਔਰ ਦੂਸਰਾ ਇਹ ਕਿ ਇਲਜ਼ਾਮ ਲਗਾਇਆ ਗਿਆ ਕਿ ਹਕੂਗਾ ਦਾਦੀ ਕਿਤੇ ਗਏ ਔਰ ਇਹ ਇਹ ਗੱਲ ਰਿਦਾਬਾਜੀ ਨੇ ਵੀ ਕੀਤੀ ਹੈ ਤੇ ਬੀਰਾਬਾਜੀ ਨੇ ਵੀ ਕੀਤੀ ਹੈ ਰਿਦਾ ਮੇਰੀ ਜਿਹੜੀ ਭੈਣ ਹੈ ਨਾ ਹਮ ਉਹ ਮਾਸੂਮ ਵੀ ਹੈ ਅੱਛਾ ਤੇ ਥੋੜੀ ਕਿ ਤੁਹਾਨੂੰ ਪਤਾ ਅੱਛਾ ਉਹ ਵੀ ਹੈ ਅਬੀਰਾ ਜ਼ਰਾ ਤੇਜ਼ੀ ਅੱਛਾ ਕਿਉਂਕਿ ਇਹਨਾਂ ਦਾ ਤੇ ਪਹਿਲੇ ਇੰਡੀਆ ਪਾਕਿਸਤਾਨ ਵਾਲਾ ਹਿਸਾਬ ਸੀ ਨਾ ਇਹ ਰਵਾਇਤੀ ਹਰੀਫ ਸੀਗੇ ਅਬੀਰਾ ਦੀ ਸ਼ਾਦੀ ਤੋਂ ਬਾਅਦ ਮੈਨੂੰ ਨਹੀਂ ਹੁਣ ਪਤਾ ਕਿ ਕੌਣ ਬੰਦਾ ਮੈਨੂੰ ਇਹ ਵੀ ਸੱਚ ਪਤਾ ਹੈ ਕਿ ਕੌਣ ਲੈ ਕੇ ਗਿਆ ਇਹ ਰਿਦਨ ਅਬੀਰਾ ਤੱਕ ਅੱਛਾ ਉਹ ਹੀ ਐਡੀਟਰ ਐਨ ਐਲ ਆਬੈਸ 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 ਨੇ ਦੋਵਾਂ ਨੂੰ ਕਨੈਕਟ ਕਰਾਇਆ ਹਾਂਜੀ ਆਬੈਸ ਨੇ ਇਹਨਾਂ ਨੂੰ ਕਨੈਕਟ ਕਰਾਇਆ ਕਿਉਂਕਿ ਮੈਨੂੰ ਪਤਾ ਹੈ ਨਾ ਕਿ ਰਿਦਾ ਦਾ ਰਾਬਤਾ ਆਬੈਸ ਦੇ ਘਰ ਆលਿਆ ਨਾ ਵੀ ਮਤਲਬ ਕਿ ਆਬੈਸ ਦੇ ਜਿਹੜੇ ਮਾਮੂ ਨੇ ਨਾ ਤੇ ਆਬੈਸ ਇਹਨਾਂ ਦੀ ਰਿਦਾ ਨਾਲ ਵਾਵਾ ਅੱਛੀ ਬੌਂਡਿੰਗ ਸੀ ਅੱਛਾ ਦੋਵਾਂ ਔਰਤਾਂ ਦੀਆਂ ਜਿਹੜੀਆਂ ਮੇਰੀਆਂ ਐ ਇੱਕੋ ਹੀ ਭੈਣ ਹੈ ਰਿਦਾ ਨੂੰ ਮੈਂ ਫਿਲਹਾਲ ਇਸ ਤੋਂ ਭੈਣ ਕਹਿ ਰਹੀ ਆਂ ਕਿ ਸ਼ਾਇਦ ਇਹਨੂੰ ਅਕਲ ਆਈਵੇ ਅੱਛਾ ਕਿਉਂਕਿ ਇਹਦੇ ਨਾਲ ਇਹ ਕੁਛ ਵੀ ਨਹੀਂ ਐਸਾ ਹੋਇਆ ਕੋ ਪੂਰੇ ਨਹੀਂ ਕੀਤੇ ਤੁਸੀਂ ਅਗੋ ਅਬੀਰਾ ਦੇ ਵੀ ਵੀਡੀਓ ਦੇਖ ਲਓ ਲਾਸਟ ਹੂੰ ਜਿਹਦੇ ਚ ਮੈਨੂੰ ਇੰਨੇ ਕੁਝ ਕਿਹਾ ਹੈ ਅੱਛਾ ਰੀਦਾ ਬਾਜੀ ਦੀ ਵੀ ਦੇਖ ਲਓ ਵੀਡੀਓ ਹੂੰ ਇਹਨਾਂ ਦੋਵਾਂ ਦੇ ਕੋਲ ਜਿਹੜੇ ਘਰ 'ਚ ਬੈਠ ਕੇ ਵੀਡੀਓ ਬਣਾ ਰਹੀਆਂ ਨੇ ਨਾ ਹੂੰ ਉਹ ਮੇਰੇ ਖਿਆਲ ਨਾਲ ਸਜਾ ਜਾਨੀ ਨੇ ਲੈ ਕੇ ਦਿੱਤੇ ਹੋਏ ਨੇ ਇਹਨਾਂ ਨੂੰ ਭਵੇਂ ਰੈਂਟੇਡ ਹੈ ਅੱਛਾ ਉਹਦੇ ਉਹਨਾਂ 'ਚ ਵਸਾਇਆ ਸਜਾ ਜਾਨੀ ਨੇ ਨੇ ਇਹਨਾਂ ਨੂੰ ਸਜਾ ਜਾਨੀ ਨੇ ਦੇਣਾ ਹੈ ਭਾਈ ਜਾਨ ਹੋਰ ਕਿਹਨੇ ਦੇਣਾ ਹੈ ਉਹ ਅਬੀਰਾ ਵਾਲੇ ਦਾ ਸ਼ਾਇਦ ਹੁਣ ਅਲੀ ਦੇ ਰਿਹਾ ਹੋਵੇ ਅੱਛਾ ਬਸ ਸਿਰਫ ਰੈਂਟ ਨਹੀਂ ਹੁੰਦਾ ਘਰ ਦੇ ਜ਼ਰੂਰੀਅਤ ਵੀ ਹੁੰਦੀਆਂ ਨੇ ਬੱਚਿਆਂ ਦਾ ਖਾਣਾ ਪੀਣਾ ਉਹ ਵੀ ਮੇਰੇ ਕੋਲ ਸਭ ਕੁਝ ਹੈ ਵਾ ਬਈ ਜਾਨ ਕਲੀ ਕਲੀ ट्रांजैक्शन ਪਈ ਹੈ ਇਹਨਾਂ ਦੇ ਘਰਾਂ ਨੂੰ ਜੋ ਜੋ ਖਰਚਾ ਦਿੱਤਾ ਹੈ ਨਾ ਭਾਈ ਨੇ ਅੱਛਾ ਉਹ ਵੀ ਮੈਨੂੰ ਮੇਰੇ ਕੋਲ ਪਈਆਂ ਨੇ ਇੱਕ ਹੋਰ ਗੱਲ ਹੈ ਚਲੋ ਮੰਨ ਲਈ ਦੌਰ ਤੇ ਅਗਰ ਮਾਉਨਤ ਕਰ ਵੀ ਦਿੱਤੀ ਕਿਉਂਕਿ ਫਰਜ਼ ਬੰਦਾ ਹੈ ਜਿਹੜਾ ਘਰ ਦਾ ਗਾਰਡੀਅਨ ਹੈਗਾ ਉਹਦਾ ਟਾਡੀ ਬੀਗਮ ਟਾਈਮ ਦੇ ਹਵਾਲੇ ਨਾਲ ਤਾਂ ਤੋਂ ਖੁਸ਼ ਆਉਣੇ ਵਿੱਚ ਕੋਲਾ ਆ ਰਹੀ ਸੀ ਜੋ ਇੰਟਰਵਿਊ ਦੇ ਵਿੱਚ ਦੋ ਤਿੰਨ ਮਤਲਬ ਕਿ ਉਹਨੂੰ ਮਤਲਬ ਇਹ ਵੇਖ ਰਹੇ ਆ ਕਿ ਯਾਰ ਮੈਨੂੰ عمر ਸਹੀ ਟਾਈਮ ਨਹੀਂ ਦੇ ਰਿਹਾ ਉਨੂੰ ਇਹ ਲੱਗ ਰਿਹਾ ਹੈ ਨਾ ਕਿ ਜੇ ਤੁਸੀਂ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡੇ ਕੋਲ ਆਪ ਉਹ ਵੀ ਨਹੀਂ ਦੀ ਫੀਲਡ ਦੇ ਵਿੱਚ ਕੋਈ ਟਾਈਮ ਨਹੀਂ ਹੈ ਕੋਈ 9 to 5 ਜੌਬ ਨਹੀਂ ਹੈ ਕਦੇ-ਕਦੇ ਰਾਤ ਨੂੰ 12 ਵਜੇ ਤੱਕ ਬੈਠੇ ਆਂ ਕਦੀ ਛੁੱਟੀ ਵੀ ਚਲੋ ਹੋ ਗਈ ਲੇਕਿਨ ਕੋਈ ਟਾਈਮ ਨਹੀਂ ਹੈ ਕੋਈ ਟਾਈਮ ਟੇਬਲ ਹੁਣ ਮੈਂ ਸੋਵੇ 10 ਵੇ ਦਾ ਟੁਰਿਆ ਵਾਂ ਉਹ ਟਾਈਮ ਦੇਖ ਲੋ ਮੈਂ ਆਪਣੇ ਘਰ ਨਹੀਂ ਗਿਆ ਮੈਂ ਤੁਹਾਡੇ ਕੋ ਆਇਆ ਜਿਹੜੀ ਟਾਈਮ ਦੀ ਗੱਲ ਲੈਣਾ ਜਿੱਦਾਂ ਹੀ ਟਾਈਮ ਫ੍ਰੀ ਹੁੰਦਾ ਸੀ ਨਾ ਬੱਚਿਆਂ ਨੂੰ ਪਿਆਰ ਚਾਹੀਦਾ ਹੈ ਬੱਚਿਆਂ ਨੂੰ ਵੀ ਪਿਆਰ ਮਿਲਦਾ ਰਿਹਾ ਮੈਨੂੰ ਇਹ ਵੀ ਪਤਾ ਹੈ ਕਿ ਅਬੀਰਾ ਦੇ ਕੋਲ ਜਿਹੜਾ ਪੁੱਤਰ ਹੈ ਤੇ ਇੱਕ ਜਿਹੜੀ ਇਹਦੀ ਬੇਟੀ ਹੈ ਕਿਸੇ ਹੋਰ ਭਾਈ ਚੋਂ ਉਹ ਤਾਂ ਉਹ ਬਾਰੇ ਸੀ ਗੱਲ ਨਹੀਂ ਕਰਦੇ ਕਿਉਂਕਿ ਉਹ ਉਹ ਸਾਡੀ ਭਤੀਜੀ ਹੈ ਯਾਰ ਭਾਂਜੀ ਹੈ ਉਹ ਸਾਡੀ ਭਤੀ ਹੈ ਉਹ ਹਜੇ ਵੀ ਉਹ ਮੈਨੂੰ ਲੱਗਦਾ ਹੈ ਕਿ ਮੇਰੀ ਜਗ੍ਹਾ ਜੇ ਤੁਸੀਂ ਉਹਨੂੰ ਬਾਕੇ ਕੁਝ ਪੁੱਛੋਗੇ ਤੇ ਉਹ ਸੱਜਾ ਜਾਣੇ ਨੂੰ ਬਾਬਾ ਹੀ ਕਹੇਗੀ ਇਲਜ਼ਾਮ ਵੀ ਲਗਾਇਆ ਬੀਰਾ ਨੇ ਕਿ ਨਾ ਮੇਰੇ ਬੱਚਿਆਂ ਨੂੰ ਅਪਣਾ ਰਹੇ ਨਾ ਆਪਣੇ ਕਿਸੇ ਵੀ ਬੱਚੇ ਨੂੰ ਅਪਣਾ ਰਹੇ ਕਦੀ ਪਿਓ ਦੀ ਸ਼ਫਕਤ ਦਾ ਸਾਇਆ ਕਦੀ ਉਹਨਾਂ ਤੇ ਨਹੀਂ ਪਿਆ ਇਦਾਂ ਹੈ ਜੀ ਨਹੀਂ ਆਪਣਾਰੇ ਕਪੜੇ ਲੈ ਕੇ ਦੇਈ ਜਾ ਰਹੇ ਨੇ ਇਦਾਂ ਭੇਜੀ ਜਾ ਰਹੇ ਨੇ ਬੱਚਿਆਂ ਨੂੰ ਬੱਚਿਆਂ ਨਾਲ ਆ ਕੇ ਬਾਹਰ ਫੇਰ ਰਹੇ ਨੇ ਗੱਟੀਆਂ ਚ ਝੂਟੇ ਦੇ ਰਹੇ ਨੇ ਬੱਚਿਆਂ ਨੂੰ ਤੇ ਇਹ ਅਪਣਾ ਨਹੀਂ ਰਹੇ ਆਪਣਾ ਆ ਕੇ ਰਹਿਣ ਹੁਣ ਬੱਚੇ ਦਾ ਤਵੀਜ਼ ਬਣਾ ਕੇ ਗਲੇ ਚ ਪਾ ਲੈਣ ਬੱਚੇ ਨੂੰ ਦੱਸੋ ਨਾ ਮੈਨੂੰ ਅੱਛਾ ਚਲੋ ਮੇਨ ਮੁੱਦੇ ਤੇ ਆਂਦੇ ਜਿਹੜਾ ਇਸ ਟਾਈਮ ਇਸ਼ੂ ਹੋਇਆ ਹੈ ਪਰਚੇ ਵਾਲਾ ਜਿਹੜਾ ਐਫ ਆਈ ਆਰ ਦਿੱਤੀ ਗਈ ਸਜਾਦ ਜਾਨੀ ਤੇ ਜੀ ਕਿ ਐ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਐ ਐਫ ਆਈ ਆਰ ਠੀਕ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ FIR ਦੇ ਵਿੱਚ ਬੜੇ سنگੀਨ ਇਲਜ਼ਾਮਤ ਲਗਾਏ ਗਏ ਨੇ ਜਿਦੇ ਵਿੱਚ ਐ ਕਿ ਕੰਡ ਟੱਪ ਕੇ ਅੰਦਰ ਆ ਕੇ ਅਬੀਰਾ ਨਜ਼ਾਤੀ ਵੀ ਕੀਤੀ ਹੈ ਘਰ ਵਾਲਿਆਂ ਦੇ ਸਾਹਮਣੇ ਠੀਕ ਹੈ ਪਰ ਜੋ ਪੈਸੇ ਵੀ ਕੱਢੇ ਨੇ ਜੁਮਕੇ ਵੀ ਇਸ ਤਰੀਹੀ ਇਹਦੇ ਲਗਾਏ ਨੇ ਜੀ ਭਾਉਣ ਲਏ ਉਹਨਾਂ ਨੇ ਜਾਣਾ ਸੀ ਕਿਤੇ ਝੁੰਮਕੇ ਲੈ ਕੇ ਜਾਣਾ ਸੀ ਕਿਤੇ ਦਸੀ ਤੇ ਐ ਸਾਰਾ ਨਿਜ਼ਾਮ ਟਿੰਨੀ ਸਚਾਈ ਹੈ ਪਰਚੇ FIR ਦੇ ਵਿੱਚ ਸਿਰਫ ਨਾਮ ਹੀ ਸੱਚੇ ਨੇ ਮਤਲਬ ਕਿ ਉਹ ਨਾਮ ਸਜਾ ਜਾਨੀ ਦਾ ਸਜਾ ਜਾਨੀ ਲਿਖਿਆ ਗਿਆ ਹੈ ਅੱਛਾ ਤੁਸੀਂ ਸਜਾ ਜਾਨੀ ਨੂੰ ਨਹੀਂ ਜਾਣਦੇ ਉਮਰ ਭਾਈ ਹਮ ਹ ਆ ਵੇਖਣ ਵਾਲੇ ਨਹੀਂ ਜਾਣਦੇ ਤੁਹਾਨੂੰ ਲੱਗਦਾ ਹੈ ਕਿ ਇੱਕ ਸਜਾ ਜਾਨੀ ਕਿਸੇ ਦੇ ਘਰ ਗਿਆ ਹੈ ਕੰਦ ਟੱਪੀ ਏ ਉਹਦੇ ਪਰਸ ਚੋਂ 90000 ਕੱਢ ਲਿਆ ਹੈ ਉਹਦੇ ਸਿਰ ਤੇ ਪਸਤੌਰ ਰੱਖਤਾ ਹੈ ਫਿਰ ਉਹਦੇ ਚੁੰਮਕੇ ਲਾਏ ਗਏ ਨੇ ਇੱਕ ਤੇ ਇਹ ਗੱਲ ਡੇੜਾ ਜਾਣਦਾ ਹੈ ਨਾ ਸਜਾ ਜਾਣੇ ਨੂੰ ਜਿਨੇ ਸਿਰਫ 2 ਮਹੀਨੇ ਵੀ ਉਹਨੂੰ ਸੁਨੇ ਆਏ ਦੇਖਿਆ ਨਹੀਂ ਮੰਨੇਗਾ ਜਿਹਦਾ ਇਨਾ ਨਾਮ ਹੋਵੇ ਪੂਰੀ ਦੁਨੀਆ ਜਾਣਦੀ ਹੋਵੇ ਇਹੋ ਜੀ ਬੇਫਕੂਫੀ ਤੇ ਕਰੇਗਾ ਹੀ ਨਹੀਂ ਨਹੀਂ ਬੰਦਦਾ ਸੈਂਸ ਨਹੀਂ ਬੰਦੀ ਇਸ ਚੀਜ਼ ਲੋਜਿਕ ਹੀ ਨਹੀਂ ਹੈ ਦੋਹਾਂ ਨਹੀਂ ਬੰਦੀ ਇਸ ਗੱਲ ਦੀ ਤੇ ਇਹਦਾ ਕੀ ਅੱਛਾ ਪਰਚਾ ਹੋਇਆ ਜੇ ਦੋ ਇਹਦੀ ਕੋਈ ਕਾਰਵਾਈ ਵੀ ਅੱਗੇ ਚੱਲੀ ਕਿ ਨਹੀਂ ਕਾਨੂੰਨੀ ਕਾਰਵਾਈ ਕੀ ਹੋਈ ਓਏ ਓਏ ਬੜੀ ਸਖਤ ਹੋ ਇੱਕ ਨੋਨੀ ਕਾਰਵਾਈ ਹਲਾਂਗੇ ਇਹਨੇ ਸਫਾਰਿਸ਼ ਦੀ ਵੀ ਗੱਲ ਕੀਤੀ ਹੈ ਵੀਡੀਓਜ਼ 'ਚ ਤੁਸੀਂ ਸ਼ਾਇਦ ਸੁਣੀ ਹੋਵੇਗੇ ਸਫਾਰਿਸ਼ ਕਰਾ ਕੇ ਨੱਠ ਗਏ ਵੇਖੀ ਤੁਸੀਂ ਇਹ ਵੀਡੀਓਜ਼ ਗੱਲ ਉਹਦੀ ਸਫਾਰਿਸ਼ ਕਰਾ ਹਾਂ ਇਹ ਸੁਣਿਆ ਵਾ ਕਿ ਮੋਸਨ ਅਕਵੀਰਾ ਨਾਮ ਲੈ ਆਏ ਹਾਂ ਬੋਸ ਨੇ ਨਾ ਬੋਸ ਨੇ ਹਾਂ ਉਹ ਚੈਨਲ ਦੇ ਇਹ ਬੋਸ ਨੇ ਹਾਂ ਉਹਨਾਂ ਨੇ ਉਹਨਾਂ ਦਾ ਨਾਮ ਲੈ ਆ ਕਿ ਉਹਦੀ ਸਫਾਰਿਸ਼ ਤੋਂ ਐ ਬਚ ਕੇ ਨਿਕਲ ਗਏ ਨੇ ਤੇ ਮੇਰੀ ਸਫਾਰਿਸ਼ ਕੋਈ ਨਹੀਂ ਸੀ ਐ ਮੈਨੂੰ ਪੁਲਿਸ ਵਾਲੇ ਮੀਨਾ ਕੋਈ ਨਾਮ ਲੈ ਰਹੀ ਸੀ ਉਹ ਮੀਨਾ ਤਾਂ ਤਫਤੀਸ਼ੀ ਅਫਸਰ ਸੀ ਸਾਡੀ ਅੱਛਾ ਕਾਬਲੇ ਇੱਜ਼ਤ ਨੇ ਕਾਬਲੇ ਇਤਰਾਮ ਨੇ ਸਾਡੇ ਲੇਡੀਜ਼ ਨੇ ਅੱਛਾ ਤੇ ਉਹ ਉਹਨਾਂ ਦੀ ਵੀ ਮੈਂ ਤੁਹਾਨੂੰ ਬਾਅਦ ਜੋ ਗੱਲ ਦੱਸੂਗਾ ਪਹਿਲੇ ਇਹ ਮੈਂ ਦੱਸ ਦਾਂ ਕਿ ਟਾਡਾ ਬੌਸ ਵਜ਼ੀਰਿਆਲਾ ਪੰਜਾਬ ਹੋਵੇ ਹੂੰ ਤੁਹਾਡੇ ਤੇ ਜ਼ਿਆਤੀ ਦਾ ਕੇਸ ਹੋਵੇ ਹੂੰ ਕੁਝ ਵੀ ਨਹੀਂ ਹੈ ਕੋਈ ਕੇਸ ਵੀ ਨਹੀਂ ਹੈ ਯਾਰ ਤੁਹਾਡੇ ਤੇ ਜੇ ਤੁਹਾਡੇ ਵਜ਼ੀਰਿਆਲਾ ਪੰਜਾਬ ਬੌਸ ਨੇ ਸਫਾਰਿਸ਼ ਕਰਨੀ ਹੈ ਨਾ ਤੁਹਾਨੂੰ ਘਰੋਂ ਵੀ ਨਿਕਲਣਾ ਪਏਗਾ ਕੇਸ ਖਤਮ ਕਰਨ ਲਈ ਤੁਸੀਂ ਦੱਸੋ ਪਾਕਿਸਤਾਨ ਦੇ ਵਿੱਚ ਹੂੰ ਅਸੀਂ ਸਵੇਰ ਨੂੰ 6 ਵਜੇ ਫੈਸਲਾਬਾਦੋਂ ਗੱਡੀ 'ਚ ਬੈ ਕੇ ਜਾ ਕੇ ਤਫ਼ਤੀਸ਼ਾਂ ਪੂਕਤੇ ਦਿੰਸੀ ਅੱਛਾ 4 ਵਜੇ ਆ ਕੇ ਵਾਪਸੀ ਉਸਤਾਦ ਜੀ ਟੀ ਟਾਈਮ ਕਰਦੇ ਸੀ ਅੱਛਾ ਤੇ ਫੇ ਸਾਂਗ ਫੇ ਸਵੇਰੇ ਤਿਆਰੀ ਕਰਕੇ ਅਸੀਂ ਉੱਥੇ ਜਾਣੇ ਸੀ 15 ਦਿਨ ਅਸੀਂ ਮੁਸਲਸਲ ਲਾਹੌਰ ਦੇ ਚੱਕਰ ਗੱਡੇ ਨੇ ਉਸ ਤੋਂ ਬਾਅਦ ਸਾਨੂੰ ਕੱਲਾ ਕੱਲਾ ਸਬੂਤ ਦੇਣਾ ਪਿਆ ਜਿਹੜਾ ਜਿਹੜਾ ਇਹਨੇ ਇਲਜ਼ਾਮ ਦਿੱਤਾ ਹੁਣ ਮੈਂ ਤੁਹਾਨੂੰ ਇਹਦੇ ਪਰਚੇ ਦੀ ਫੇਕਨੈਸ ਇੱਥੋਂ ਹੀ ਦੱਸਦਾ ਹਮ ਇਹਨੇ ਪਹਿਲੇ ਤਰੀਖ ਲਗਾਈ ਗਈ 4 ਤਰੀਕ ਨੂੰ ਆਏ ਨੇ ਸੱਜਾਦ ਸਲੀਮ ਅੱਛਾ ਤੇ ਉਸਮਾਨ ਸਲੀਮ ਭਾਈ ਤਾਂ ਛੋਟੇ ਠੀਕ ਹੈ ਤੇ ਉਸਮਾਨ ਸਲੀਮ ਦੇ ਅੱਗੇ ਪਸਤੌਂ ਅੱਛਾ ਇਹਨਾਂ ਨੇ ਆ ਕੇ ਸਾਨੂੰ ਜਦੋਂ ਕੋਕ ਕੀਤਾ ਪੈਸੇ ਲਏ ਮੇਰੇ ਨਾਲ ਜ਼ਿਆਤੀ ਕੀਤੀ ਤੇ ਮੇਰਾ ਭਰਾ ਆ ਗਿਆ ਤੇ ਉਹਨੇ ਚੜਾਇਆ ਛੜੋਇਆ ਠੀਕ ਹੈ ਇਹ 4 ਤਰੀਕ ਦਾ ਵਾਕਿਆ ਇਹ 4 ਤਰੀਕ ਦਾ ਇਹਨੇ ਲਿਖਾਇਆ ਜਿਹੜੇ ਪਹਿਲੀ ਐਫ ਆਈ ਆਰ ਸੀ ਠੀਕ ਹੈ ਤੇ ਸਫਾਰਸ਼ੀ ਅਸੀਂ ਹੁਣ ਸਫਾਰਸ਼ ਤੇ ਗੌਰ ਕਰੀਏ ਕਿ ਸਫਾਰਸ਼ੀ ਕੌਣ ਸੀ ਮੈਂ ਨਹੀਂ ਦੱਸਾਂ ਅਸੀਂ ਉਸਤਾਦ ਜੀ ਨੇ 4 ਤਰੀਕ ਦੀ ਸੀਸੀਟੀਵੀ ਫੁਟੇਜ ਜਿਹੜੇ ਉਹਨਾਂ ਦੇ ਦਫ਼ਤਰ ਹੂੰ ਉਥੇ ਹਰ ਜਗ੍ਹਾ ਕੈਮਰਾ ਲੱਗਾ ਹੈ ਸੀਸੀਟੀਵੀ ਫੁਟੇਜ ਜਿਹੜੇ ਉੱਥੇ 15 ਬੰਦੇ ਕੈਮਰੇ ਦੇ ਸਾਹਮਣੇ ਆਏ ਨੇ ਸੀਸੀਟੀਵੀ ਫੁਟੇਜ 'ਚ ਆਏ ਨੇ ਉਹਨਾਂ ਦੇ ਹਲਫੀਆ ਬਿਆਨ ਫਿਰ ਆਪਣੇ ਮੋਬਾਈਲ ਲੋਕੇਸ਼ਨ ਜੀਓ ਲੋਕੇਸ਼ਨ ਜੀਓ ਫੈਂਸੀ ਫੈਂਸਿੰਗ ਹੋਈ ਨਹੀਂ ਹਾਂ ਇਲਾਕੇ ਉੱਥੇ ਗਏ ਨੇ ਜਦੋਂ ਤਫਤੀਸ਼ੀ ਨੇ ਦੇਖਿਆ ਹੈ ਕਿ ਇਹ ਤੇ 4 ਤਰੀਕ ਨੂੰ ਫੈਸਲਾਬਾਦ ਸੀਗੇ ਅਬੀਰ ਨੇ ਕਿਹਾ ਜੀ ਨਹੀਂ 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 ਜੀ ਇਹ ਮੇਰੇ ਕੋਲ ਗਲਤ ਲਗਾ ਹੋ ਗਈ 7 ਤਰੀਕ ਨੂੰ ਆਏ ਸੀ ਅੱਛਾ ਤੇ ਉਸਮਾਨ ਸਲੇਮ ਵੀ ਨਹੀਂ ਸੀ ਕੱਲਾ ਸਜਾ ਜਾਣੀ ਕਾਂਦੇ ਟੱਪ ਕੇ ਮੇ ਸਾਡਾ ਪੰਜਾ ਛੇ ਜਣਿਆਂ ਦੇ ਨਾਲ ਜ਼ਿਆਤੀ ਕਰ ਗਿਆ ਅੱਛਾ ਫਿਰ ਸਾਤ ਫਿਰ ਸਾਤ ਦੀ ਵੀ ਲੈ ਗਏ ਹਾਂਜੀ ਸ਼ੌਕਾ ਜੀ ਮਾ ਬਣਾਤਾ ਨਾ ਮਤਲਬ ਕਿ ਰਾਈ ਸਾਹਿਬ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਐਫ ਆਈ ਆਰ ਘਟ ਸਕ੍ਰਿਪਟ ਜ਼ਿਆਦਾ ਲੱਗ ਰਹੀ ਹੈ ਅੱਛਾ ਤੇ ਜੀ 7 ਤਰੀਕ ਦੀ ਵੀ ਲੈ ਗਏ ਅੱਛਾ ਇੱਕ ਨੂੰ ਕਹਿ ਰਹੇ ਕਿ ਮੈਨੂੰ ਜਾਨੀ ਨੇ ਐਂਜ਼ਾਈਟੀ ਦਾ ਪੇਸ਼ੈਂਟ ਕਰ ਦਿੱਤਾ ਵਾ ਮੈਨੂੰ ਟੈਨਸ਼ਨਾਂ ਦਿੱਤੀਆਂ ਮੈਂ ਤੇ ਸੁਸਾਇਸਾਈਡ ਵੀ ਕੀਤੀ ਉਹ ਜਿਹੜੀ ਰੀਸੈਂਟ ਵੀਡੀਓ ਆਈ ਨਾ ਉਹਦੇ ਉੱਤੇ ਉਹ ਦਿਖਾਇਆ ਕਿ ਕੱਟ ਵੀ ਮੈਂ ਮਾਰੇ ਆ ਸਾਰਾ ਕੁਝ ਕੀਤਾ ਵਾ ਆ ਹੁਣ ਹੀ ਕਹਿ ਰਹੇ ਨੇ ਜੀ ਆ ਕਿ ਮੈਂ ਉਹਦੀ ਵੇਹ ਤੋਂ ਕੱਟ ਲਿਆ ਹਾਂ ਬਾਕੀ ਜਦੋਂ ਮੈਂ ਇਹਦੇ ਘਰ ਰਹਿਣਾ ਹੁੰਨਾ ਸੀ ਤੇ ਰੋ ਰੋ ਕੇ ਦੱਸਦੇ ਹੁੰਦੀ ਸੀ ਮੇਰੀ والدہ ਨੇ ਮੈਨੂੰ 16 ਸਾਲ ਦੀ ਉਮਰ 'ਚ ਪੈਸੇ ਵਾਲੇ ਬੰਦਾ ਦੇ ਇੱਕੇ ਉਹਦੇ ਨਾਲ ਵਿਆਹ ਤਾਂ ਨਵਾਬਾਂ ਵਾਲੇ ਸ਼ੇਖ ਸੀ ਅੱਛਾ ਉਹਦੇ ਨਾਲ ਤੁਹਾਡੀ ਬਰਾਦਰੀ ਰਹੀ ਸੀ ਸ਼ੇਖ ਤੇ ਉਹ ਮੇਰੇ ਮੇਤੇ ਬੜਾ ਜ਼ੁਲਮ ਕਰਦਾ ਸਿਰ ਉਹ ਦੱਸਦੀ ਹੁੰਦੀ ਹੈ ਮੇਰੇ ਸਿਕਟਾਂ ਲੋਂਦਾ ਸੀ ਜਾਂ ਕੱਟ ਉਹਨੇ ਲਾਏ ਆ ਜਾਂ ਇਹਨੇ ਆਪ ਵੀ ਲਾਏ ਆ ਉਹ ਯਾਰ ਇਹ ਦੋ ਦੋ ਡਬੀਆਂ ਸਿਕਟਾਂ ਦੀਆਂ ਪਿੰਦੀ ਆ ਯਾਰ ਉਹ ਕੀ ਕਰ ਉਹ ਲੈਦਾ ਗੱਲ ਹੈ ਉਹ ਕਿਸੇ ਦਾ ਪਰਸਨਲ ਉਹ ਤਾਂ ਕੋਈ ਮਤਲਬ ਮੇਰੇ ਤੇ ਕਿਉਂ ਹੋਰ ਚਾਲ ਹੋਏ ਮੇਰੇ ਸੇਹਣ ਚੋਕ ਮੈਂ ਜਾਣਦਾ 60 ਹਜ਼ਾਰ ਲੱਖ ਮੈਂ ਵੇਲਾ ਫੇਰ ਕੇ 60 ਹਜ਼ਾਰ ਕਿਦਾਂ ਕਮਾ ਲਿਆ ਯਾਰ ਮੈਨੂੰ ਨਹੀਂ ਸਮਝ ਆਉਂਦੀ ਅੱਛਾ ਯਾਨੀ ਕਿ ਉਹ ਬਾਜੂ ਦੇ ਕੱਟ ਦੇ ਨਿਸ਼ਾਨ ਪਹਿਲੇ ਦੇ ਮੌਜੂਦ ਨੇ ਭਾਈਆਂ ਨੂੰ ਪਹਿਲੇ ਦੇ ਨੇ ਅੱਛਾ ਇਹਦਾ ਵੀ ਕੋਈ ਮੈਡੀਕਲ ਟੈਸਟ ਹੋ ਸਕਦਾ ਇੱਕਦੋਨ ਹਾਂ ਪਤਾ ਲੱਗ ਜਾਂਦਾ ਕਿ ਪੁਰਾਣੇ ਹੈ ਕਿ ਨਵੇਂ ਕਿੰਨਾ ਕਿ ਆਈਡੀਆ ਹੋ ਜਾਂਦਾ ਹਾਂ ਬਸ ਠੀਕ ਆ ਉਹ ਵੀ ਜੇ ਇਹਦਾ ਦਿਲ ਕਰੇ ਉਹਦਾ ਮੈਡੀਕਲ ਕਰਾ ਕੇ ਲਿਆ ਕੇ ਇੱਥੇ ਦੱਸ ਉਸ ਤੋਂ ਪਹਿਲੇ ਨਾ ਦੱਸ ਮੇਰੇ ਪਿੱਛੇ ਵੀ ਬੜੀਆਂ ਔਰਤਾਂ ਨੇ ਬਲੇਡ ਮਾਰੇ ਨੇ ਅੱਛਾ ਆਖਰੀ ਸਵਾਲ ਮੈਂ ਪੁੱਛਣਾ ਚਾਹ ਰਿਹਾ ਦੇਖੋ ਬਹੁਤ ਸਾਰਾ ਚੀਜ਼ਾਂ ਕੰਪਲਿਕੇਟਿਡ ਹੋ ਗਈਆਂ ਆ ਆਖਰੀ ਸਵਾਲ ਆ ਗਿਆ ਹਾਂ ਕੋਈ ਡੀ ਜੀ ਸੀ ਨਹੀਂ ਨਹੀਂ ਬਸ ਜਿੰਨਾ ਖੁੱਲ ਗਿਆ ਕਾਫੀ ਹੈ ਮੈਂ ਸਵਾਲ ਇਹ ਪੁੱਛਣਾ ਚਾਹ ਰਿਹਾ ਮੇਰੇ ਦਿਲ 'ਚ ਵੀ ਹੈ ਜਿਹੜਾ ਹੋਰ ਵੀ ਬਹੁਤ ਸਾਰੇ ਪੁੱਛਦੇ ਨੇ ਵੀਰੇ ਨੇ ਵੀ ਇਹ ਸਵਾਲ ਉਠਾਇ ਖੁਦ ਸਾਹਮਣੇ ਕਿਉਂ ਨਹੀਂ ਆ ਰਿਹਾ ਤੈਨੂੰ ਅੱਗੇ ਕਿਉਂ ਕਰ ਰਿਹਾ ਜਾਂ ਹੋਰ ਕੋਈ ਲੋਕ ਨੇ ਉਹ ਕਿਉਂ ਅੱਗੇ ਆ ਰਹੇ ਨੇ ਜਾਨੀ ਖੁਦ ਆਪਣੀ ਸਫਾਈ ਕਿਉਂ ਨਹੀਂ ਪੇਸ਼ ਕਰ ਸਭ ਤੋਂ ਪਹਿਲੇ ਤੇ ਉਮਰ ਭਾਈ ਮੈਨੂੰ ਅੱਗੇ ਉਹ ਨਹੀਂ ਕਰ ਰਹੀ ਮੈਨੂੰ ਮੇਰਾ ਜ਼ਮੀਰ ਮੇਰੀ ਗੈਰਤ ਅੱਗੇ ਕਰ ਰਹੀ ਹੈ ਕਿਉਂਕਿ ਵੀ ਯਾਰ ਮੈਂ ਸਭ ਕੁਝ ਦੇਖਿਆ ਵਾ ਉਹ ਸਜਾ ਜਾਣੇ ਨੂੰ ਨਹੀਂ ਪਤਾ ਜੋ ਕੁਝ ਮੈਨੂੰ ਪਤਾ ਵਾ ਤੇ ਨਾ ਹੀ ਮੈਂ ਉਹਨਾਂ ਨੂੰ ਦੱਸ ਸਕਦਾ ਵਾਂ ਐਦਾਂ ਹੀ ਜਦੋਂ ਤੁਸੀਂ ਬੈਠੇ ਐਦਾਂ ਮੇਰਾ ਉਸਤਾਦ ਬੈਠ ਕੇ ਮੇਰੇ ਕੋਲ ਪੁੱਛੇਗਾ ਨਾ ਕੋਈ ਗੱਲ ਮੇਰੀ ਜ਼ੁਬਾਨ ਤੇ ਤਲਾਹ ਹਟਾਏਗੀ ਮੈਂ ਨਹੀਂ ਗੱਲਾਂ ਦੱਸ ਸਕਾਂਗਾ ਕਿ ਮੈਂ ਉਹਦੀ بیوی ਬਾਰੇ ਉਹਨੂੰ ਦੱਸਾਂ ਸਮਝ ਰਹੇ ਹੋ ਤੇ ਰਹੀ ਗੱਲ ਉਹ ਆਪ ਕਿਉਂ ਨਹੀਂ ਅੱਗੇ ਆ ਰਹੇ ਹੂੰ 25 ਸਾਲ ਲੱਗੇ ਨੇ ਉਹਨਾਂ ਨੂੰ ਸਜ਼ਾ ਜਾਨੀ ਬੰਦੇ ਆ ਤੁਹਾਨੂੰ ਪਤਾ ਹੈ ਨਾ ਇਹ ਵੀ ਗੱਲ ਉਹਨੂੰ ਕੀਤੀ ਕਿ 25 ਸਾਲਾਂ ਵਿੱਚ ਜਿਸ ਸਜ਼ਾ ਜਾਨੀ ਬਣਿਆ ਵਾ ਤੇ 25 ਸਾਲ ਲਾ ਕੇ ਉਹਨੇ ਇਹ ਸਿੱਖਿਆ ਕਿ ਲੜਕੀ ਦੀ ਜ਼ਿੰਦਗੀ ਕਿਵੇਂ ਬਰਬਾਦ ਕਰਨੀ ਹੈ ਲਾਸਟ ਵੀਡੀਓ ਚ ਕਿਹਾ ਗਿਆ ਐਦਾਂ ਹੀ ਐਦਾਂ ਹੀ ਤੇ ਤੈਨੂੰ ਉਹਨੇ 4 ਸਾਲਾਂ ਜੀ ਸਖਾਤਾ ਹੈ ਕਿ ਮੇਰੀ ਜ਼ਿੰਦਗੀ ਕਿਦਾਂ ਬਰਬਾਦ ਕਰਨੀ ਆਉਂ ਸੋਚਣ ਵਾਲੀ ਗੱਲ ਆ ਮੈਨੂੰ ਤਾਂ ਨਹੀਂ ਇਹ 4 ਸਾਲਾਂ ਚ ਉਹਨਾਂ ਨੇ ਇੱਕ ਫਿਕਰਾ ਵੀ ਦਿੱਤਾ ਕਿ ਮੈਂ ਕਿਸੇ ਬੱਚੀ ਦੀ ਜ਼ਿੰਦਗੀ ਬਰਬਾਦ ਕਰਾਂ ਮੈਂ ਖੁਦਾਨਵਾਜ਼ ਨਾਜ਼ਰ ਜਾਣ ਕੇ ਕਹਿ ਰਹੇ ਹਾਂ ਤੇ ਉਸ ਸਜਾ ਜਾਣੀ ਕਿਦਾਂ ਕਿਉਂ ਆਵੇ ਕੈਮਰੇ ਤੇ ਯਾਰ ਦੱਸੋ ਇਲਜ਼ਾਮ ਲੱਗ ਰਹੇ ਤਾਂ ਕਿਉਂ ਨਹੀਂ ਉਹ ਤੇ ਇਲਜ਼ਾਮ ਲੱਗ ਰਹੇ ਨੇ ਸਫਾਈ ਪੇਸ਼ ਕਰਨੀ ਚਾਹੀਦੀ ਹੈ ਸਫਾਈ ਪੇਸ਼ ਕਰ ਹੀ ਦੀ ਆਦਾਲਤ ਅੱਗੇ ਕਿਉਂਕਿ ਦੋਵੇਂ ਪਬਲਿਕ ਫਿਗਰ ਨੇ ਨਾ ਵੀਡੀਓ ਮੈਂ ਦੇਖੀ ਸਜਾ ਜਾਣੀ ਦੀ ਇੰਸਟਾਗ੍ਰam ਤੇ ਪੇਜ ਤੇ ਲੱਗੀ ਹੋਈ ਹੈ ਜੋ ਉਹਨਾਂ ਨੇ ਆਪਿਆ ਦਿਖਾ ਰਹੇ ਨੇ ਹਾਂਜੀ ਉਹਨਾਂ ਨੇ ਥੋੜਾ ਜਿਹਾ ਜੋਸ਼ੂ ਕਹਿ ਸਕਦੇ ਉਹਨਾਂ ਨੇ ਆਪਣੇ ਚੈਨਲ ਤੇ ਇੱਕ ਵੀਲੋਗ ਅਪਲੋਡ ਕੀਤਾ ਜਿਹਦੇ ਚ ਉਹਨਾਂ ਨੇ ਸਿਰਫ ਜਿਹੜੇ ਇਹਦਾ ਇੰਟਰਵਿਊ ਲੈ ਰਹੇ ਨੇ ਨਾ ਯੂਟਿਊਬਰਸ ਨੂੰ ਉਹਨਾਂ ਨੇ ਮੁਕਾਤਬ ਕੀਤਾ ਹੈ ਇਹ ਤੇ ਉਸ ਲੈਵਲ ਦੀ ਨਹੀਂ ਸਜਾ ਜਾਣੀ ਨਾ ਇਹ ਗੁਫ਼ਤਗੂ ਕਰ ਸਕੀ ਹੁਣ ਇਹਦਾ ਮਸਲਮ ਕਿਉਂ ਲੈਵਲ ਹੀ ਨਹੀਂ ਹੋ ਰਿਹਾ ਕਿ ਸਜਾ ਜਾਣੀ ਨਾ ਗੁਫ਼ਤਗੂ ਕਰ ਸਕੀ ਨਹੀਂ ਭਾਈ ਦੇ ਨਾਲ ਕੰਮ ਕਰ ਰਿਹਾ ਤੇ ਹੋ ਸਕਦਾ ਇਸ ਵੇਲੇ ਤੂੰ ਫੇਵਰ ਕਰ ਰਿਹਾ ਹੋਵੇਂ ਲਾਹਨਤ ਉਸ ਇਨਸਾਨ ਤੇ ਜਿਹੜਾ ਮਸਲਮ ਕੇ ਨਾਲ ਕੰਮ ਕਰਨ ਦੀ ਵਾਇ ਤਾਂ ਫੇਵਰ ਕਰ ਰਿਹਾ ਮੈਂ ਐਸੋ ਆ ਤਾਂ ਫੇਵਰ ਕਰ ਰਿਹਾ ਵਾਂ ਇਨੇ ਇਹ ਤਾਂ ਕਿ ਇੱਕ ਸੱਚ ਨਹੀਂ ਬੋਲਿਆ ਯਾਰ ਉਮਰ ਭਾਈ ਨਹੀਂ ਤੂੰ ਮੈਂ ਇਹਨੂੰ ਇਹ ਗਿਆ ਵਾ ਕਿ ਸੱਚ ਬੋਲ ਮੈਂ ਇਹਨੂੰ ਗਿਆ ਸੀ 10% ਸੱਚ ਹੈ ਯਾਰ ਉਹ ਵੀਡੀਓ ਉਹ ਡਿਲੀਟ ਹੋ ਗਈ ਇਹਨੇ ਕਾਪੀਰਾਈਟ ਭੇਜਿਆ ਅੱਛਾ ਇਹਦੀ ਇਹ ਸੱਚੀ ਹੈ ਤਾਂ ਕਿਉਂ ਕਾਪੀਰਾਈਟ ਭੇਜਿਆ ਨਾਨ ਬੁਖਾਰੀ ਦੇ ਚੈਨਲ ਤੇ ਤੁਸੀਂ ਫੋਨ ਕਰਕੇ ਪੁੱਛ ਲੋ ਨਾਨ ਭਾਈ ਨੂੰ ਕਿਉਂ ਡਿਲੀਟ ਹੋਈ ਹੈ ਵੀਡੀਓ ਨਾਨ ਬੁਖਾਰੀ ਮੈਂ 300 ਕੇ ਤੇ ਮੈਂ ਦੇਖਿਆ ਸੀ ਕਿ ਵਿਊ ਚਲੇ ਗਏ ਹਾਂਜੀ ਉਹ ਕਿਉਂ ਮਤਲਬ ਕਿ ਡਿਲੀਟ ਕਿਉਂ ਕਰਵਾਈ ਇਹਨੇ ਨਹੀਂ ਡਿਲੀਟ ਕਿਸ ਤਰ੍ਹਾਂ ਕਰਵਾਤੀ ਕਾਪੀਰਾਈਟ ਇਹ ਤਾਂ ਥੰਬਨੇਲ ਤੇ ਤਸਵੀਲਾ ਬੈਠੇ ਸੀ ਹਾਂ ਔਰ ਉਸ ਵੀਡੀਓ ਹਨਾਨ ਬਈ ਵਾਲੀ ਚ ਵੀਡੀਓ ਚ ਮੈਂ ਇਹ ਕਿਹਾ ਸੀ ਇਹਨੇ ਕਿਹਾ ਸੀ ਕਿ ਮੈਂ ਸਜਾਜਾਨੇ ਦੀ ਦੂਸਰੀ ਬੇਗਮ ਤੇ ਮੇਰੇ ਹਕੂਕ ਨਹੀਂ ਪੂਰੇ ਕਰ ਰਿਹਾ ਤੇ ਮੈਨੂੰ ਔਨ ਨਹੀਂ ਕਰ ਰਿਹਾ ਕਿ ਮੈਂ ਇਹਦੀ ਬੇਗਮ ਮੈਂ ਅਗੋ ਇਹ ਕਿਹਾ ਵਾ ਜੇ ਤੂੰ ਦੂਸਰੀ ਬੇਗਮ ਸਜਾਜਾਨੇ ਵੀ ਤੇ ਤੇਰਾ ਤੀਸਰਾ ਮੀਆਂ ਹੈ ਨਹੀਂ ਇਹ ਦੂਸਰੀ ਬੇਗਮ ਵਾਲੀ ਗੱਲ ਕਿਨੇ ਕੀਤੀ ਇਹਨੇ ਕੀਤੀ ਸੀ ਮੈਂ ਤੇ ਉਹਦਾ ਇਹ ਕਿਹਾ ਕਿ ਜੇ ਅਗਰ ਅੱਛਾ ਅਗਰ ਤੂੰ ਉਹਦੀ ਦੂਸਰੀ ਬੇਗਮ ਆ ਤੂੰ ਆਪ ਕਹਿ ਰਹੀ ਸੀ ਤੂੰ ਤੀਸਰੀ ਕਹਿਨੀ ਤੇ ਮੈਂ ਇਹੀ ਕਹਿਣਾ ਸੀ ਜੇ ਤੂੰ ਤੀਸਰੀ ਬੇਗਮ ਆ ਤੇ ਸਜਾ ਜਾਣੀ ਵੀ ਤੇ ਤੇਰਾ ਤੀਸਰਾ ਹਸਬੰਡ ਆ ਪਹਿਲੀਆਂ ਦੋ ਤਲਾਕਾਂ ਤੈਨੂੰ ਵੀ ਤੇ ਹੋਈਆਂ ਹੀ ਆ ਇਹ ਹੁਣ ਇਹਨੂੰ ਮੈਂ ਪਰਸਨਲ ਨਹੀਂ ਕਰ ਰਿਹਾ ਇਹਦੇ ਨਾਲ ਕਿ ਤੂੰ ਤੇਰੇ ਤਿੰਨ ਵਿਆਹ ਹੋਏ ਨੇ ਇਹ ਮੈਂ ਇਸ ਤੋਂ ਕਹਿ ਰਿਹਾ ਮਾਂ ਕਿ ਇਹਨੇ ਵੀ ਤਾਂ ਕਿਸੇ ਨੂੰ ਪਰਸਨਲ ਕੀਤਾ ਇਹਨੇ ਮੈਨੂੰ ਪਰਸਨਲ ਕੀਤਾ 90% ਝੂਠ ਲੈ ਕੇ ਮੀਡੀਆ ਤੇ ਬਹਿ ਕੇ ਕਹਿਣ ਦਈਏ ਯਾਰ ਇਹਦੀ ਅ ਤਿੰਨ ਮਹੀਨੇ ਕੇ ਪਤਾ ਨਹੀਂ 6 ਮਹੀਨੇ ਕੇ 9 ਮਹੀਨੇ ਪਹਿਲੇ ਇਹਦੀ ਵੀਡੀਓ ਆਈ ਹੈ ਜਿਹਦੇ ਚ ਇਹਨੇ ਕਿਹਾ ਹੈ ਕਿ ਮੈਂ ਸਜਾਜ ਹਾਂ ਮੈਂ ਸਜਾਜਾਨੇ ਕੀ بیوی ਹਾਂ ਇਹ ਉਦੋਂ ਆਈਏ ਜਦੋਂ ਇਹਨੂੰ ਤਲਾਕ ਹੋ ਗਈ ਹੈ ਨਾ ਉਦੋਂ ਕਹਿਨ ਲਈ ਆ ਮੈਂ ਸਜਾਜਾਨੇ ਦੀ ਬੀਵੀ ਹਾਂ ਤੇ ਇਹਦੇ ਥੰਬਨੇਲ ਇਹਦੀਆਂ ਵੀਡੀਓਜ਼ ਦੇ ਵਿੱਚ ਗੱਲਾਂ ਕੀ ਹੁੰਦੀਆਂ ਸੀ ਹਾਏ ਦਿਲਜੀਤ ਮੈਂ ਤੇਰੇ ਕੋਲ ਆਜਮਾ ਮੈਨੂੰ ਇਹਨੇ ਪ੍ਰਪੋਜ਼ ਕਰਤਾ ਮੈਨੂੰ ਉਹਨੇ ਪ੍ਰਪੋਜ਼ ਕਰਤਾ ਦੇਖ ਲਓ ਇਹ ਵੀ ਉਹ ਥੰਬਨੇਲ ਹੋਈ ਨੇ ਸਮੇਂ ਰੋਤੋ ਕਹਿ ਰ ਮੈਂ ਵੈਸੇ ਤੁਹਾਨੂੰ ਕਹਿ ਰਿਆ ਇਹ ਕਹਿੰਦੇ ਨਾ ਵੀਡੀਓ ਚ ਹਕੂਕ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਦੱਸਿਆ ਕਿ ਬੱਚੇ ਦੇ ਕਿੰਨੇ ਕਿੰਨੇ ਹਕੂਕ ਪੂਰੇ ਹੋ ਰਹੇ ਕਿ ਮੇਰੀ ਤਨਖਾਹ ਵਾ ਤੇ ਉਹ ਬੱਚਿਆਂ ਦੇ ਕੱਪੜੇ ਆ ਦੋ ਤਿੰਨ ਦਿਨਾਂ ਦੇ ਉਹਨੇ ਕਿੰਨੇ ਸਾਲੋਂ ਕੁਝ ਨਹੀਂ ਵੜਾ ਕੇ ਦਿੱਤਾ ਆਪਣੇ ਸ਼ਗਿਰਤਾ ਨੂੰ ਘਰ ਬਣਾ ਕੇ ਦਿੱਤੇ ਆ ਤੇ ਉਹਨਾਂ ਨੇ ਸੈਕਰੀਫਾਈਜ਼ ਵੀ ਕੀਤਾ ਨਾ ਉਹਨਾਂ ਨੇ ਇਹ ਨਹੀਂ ਕਿ ਆ ਕੇ ਉਸਤਾਦ ਜੀ ਤੁਸੀਂ ਆ ਕੀ ਆ ਉਹਨਾਂ ਨੇ ਐਵੇਂ ਝੂਠ ਨਹੀਂ ਨਾ ਮਾਰਿਆ ਟੀਵੀ ਤੇ ਆ ਕੇ ਉਹ ਆ ਕੇ ਦੁਸ਼ਮਨਾ ਦੀ ਸਾਫ ਚੇਤ ਨਹੀਂ ਨਾ ਖਲੋਤੇ ਹੂੰ ਉਹਨਾਂ ਨੇ ਉਸ ਤੋਂ ਮਿਲੇ ਆ ਤੇ ਨਾਲੇ ਉਹ ਰੱਬ ਨੇ ਦਿੱਤਾ ਹੈ ਯਾਰ ਸਜਾਜ ਜਾਨੇ ਕਿਸ ਨੂੰ ਕੀ ਦੇ ਸਕਦਾ ਹੈ ਤੁਸੀਂ ਦੱਸੋ ਕੁਝ ਵੀ ਨਹੀਂ ਦੇ ਸਕਦਾ ਉਹ ਜਿੰਨਾ ਕਿ ਦੇ ਸਕਦਾ ਤੇ ਮੈਨੂੰ ਤੇਰੀ ਸਾਰੀ ਗੱਲਾਂ ਤੋਂ ਇਹ ਆਈਡੀਆ ਹੋ ਰਿਹਾ ਵਾ ਕਿ ਸਜਾਜ ਜਾਨੇ ਜਿਹੜੀ ਮੈਨੂੰ ਮੇਨ ਗਲਤੀ ਨਜ਼ਰ ਆ ਰਹੀ ਹੈ ਇਹ ਕਹਿ ਕੇ ਇਨ ਸੈਂਸ ਕਿ ਸ਼ਾਦੀਆਂ ਕੀਤੀਆਂ ਸ਼ਾਦੀਆਂ ਕੀਤੀਆਂ ਸ਼ਾਦੀਆਂ ਹੱਦ ਤੱਕ ਮੈਂ ਕਹੂੰਗਾ ਕਿ ਕਿਉਂਕਿ ਇਸਲਾਮ ਹਲਾਲ ਚੁਕੀਨ ਹਲਾਲ ਚੁਕੀਨ ਸੀ ਐਂ ਕਰਾਂਗਾ ਕਿ ਕਿਉਂਕਿ ਇਸਲਾਮ 'ਚ ਇਜਾਜ਼ਤ ਹੈ ਹਲਾਲ ਇਤਤੱਕ ਇਜਾਜ਼ਤ ਹੈ ਕਰ ਸਕਦੇ ਹੋ ਅ ਔਰ ਆਪਣੇ ਆਪ ਤੇ ਮੁਸੀਬਤਾਂ ਪਾਲ ਲਈਆਂ ਠੀਕ ਹੈ ਪਹਿਲੇ ਐ ਨਹੀਂ ਸੋਚਿਆ ਕਿ ਅਗਰ ਮੈਂ ਫੋਰ ਐਗਜ਼ਾਮਪਲ ਸ਼ਾਦੀਆਂ ਕਰਦਾ ਤਾਂ ਮੇਰੇਗੇ ਮਾਮਲੇ ਆ ਸਕਦੇ ਨੇ ਠੀਕ ਹੈ ਮੈਨੂੰ ਅਜਨ ਲੱਗ ਰਹੀ ਹੈ ਸਜਾਦ ਜਾਨੀ ਦੀ ਕਿ ਐ ਸ਼ਾਦੀਆਂ ਦੇ ਮਾਮਲੇ ਚ ਜਿਹੜਾ ਹੈਗਾ ਉਹਨਾਂ ਨੇ ਕਿ ਉਹਨਾਂ ਨੇ ਨਾ ਪਾਚ ਸੰਭਾਲ ਲਿਆ ਨਹੀਂ ਗਿਆ ਸਾਰਾ ਹਰ ਚੀਜ਼ ਨੂੰ ਦੂਰੰਦੇਸ਼ੀ ਨਾਲ ਦੇਖਣ ਵਾਲੇ ਇਨਸਾਨ ਨੇ ਐਸ ਚੀਜ਼ ਨੂੰ ਵੀ ਦੂਰੰਦੇਸ਼ੀ ਨਾਲ ਦੇਖਣਾ ਚਾਹੀਦਾ ਸੀ ਮੇਰੇ ਉਸਤਾਦ ਕਿ ਆ ਗਿਆ ਹੈ ਸਾਡੇ ਅਸ ਅੱਗੇ ਆ ਕੇ ਪ੍ਰੋਬਲਮ ਖੜੀ ਕਰ ਸਕਦੀ ਹੈ ਠੀਕ ਹੈ ਐ ਮੈਨੂੰ ਜਿਹੜੀ ਅਜੋ ਹੋ ਰਹੀ ਹੈ ਹੋ ਰਹੀ ਹੈ ਐ ਉਰਜ਼ੂਰੀ ਨਹੀਂ ਇਸ ਕੋ ਸਜਾਦ ਜਾਨੀ ਦਾ ਆਲਰੇਡੀ ਨਾਮ ਹੈਗਾ ਹੋਆ ਇਸ ਕਰਕੇ ਇਹ ਸਾਰੇ ਮਸਲੇ ਉੱਡ ਕੇ ਬਾਹਰ ਆ ਗਏ ਨੇ ਇੱਕ ਨਾ ਇੱਕ ਬੇਨਾਮ ਸ਼ਖਸ ਹੈ ਹੋ ਸਕਦਾ ਉਹ ਵੀ ਇਹਨਾਂ ਮਸਲਿਆਂ ਨਾਲ ਹੀ ਰਿਹਾ ਹੋਵੇ ਬਿਲਕੁਲ ਠੀਕ ਹੈ ਨਾ ਲੇਕਿਨ ਉਹ ਬਾਹਰ ਨਹੀਂ ਆਉਂਦੇ ਕਿਉਂਕਿ ਉਹ ਉਹਦਾ ਨਾਮ ਨਾਮ ਨਹੀਂ ਹੈ ਠੀਕ ਹੈ ਜਦੋਂ ਮਸ਼ਹੂਰ ਹੁੰਦਾ ਹੈ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਨੁਕਸਾਨ ਹੈ ਵੀ ਕਿ ਜਿੱਤੇ ਫਾਇਦਾ ਹੈ ਜਿੱਤੇ ਤੁਹਾਡੀ ਖੂਬੀਆਂ ਮਸ਼ਹੂਰ ਹੋਣੀਆਂ ਕਿ ਤੁਸੀਂ ਬੜੇ ਹਾਜ਼ਰ ਦਿਮਾਗ ਹੋ ਬੜੇ ਕਾਮੇਡੀਅਨ ਹੋ ਤੁਹਾਡੀ ਖਾਮੀਆਂ ਵੀ ਮਸ਼ਹੂਰ ਹੋ ਜਾਂਦੀਆਂ ਨੇ ਠੀਕ ਹੈ ਫਿਰ ਤੁਹਾਡੇ ਪਰਸਨਲ ਮਾਮਲੇਅਤ ਵੀ ਜਦੋਂ ਪਬਲਿਕ ਫਿਗਰ ਬਣਦੇ ਉਹਨਾਂ ਤੇ ਤੁਹਾਡੇ ਫਿਰ ਪਰਸਨਲ ਮਾਮਲੇ ਪਰਸਨਲ ਨਹੀਂ ਰਹਿੰਦੇ ਉਹ ਪਬਲਿਕ ਹੋ ਜਾਂਦੇ ਨੇ ਇਹ ਇੱਕ ਬਹੁਤ بڑا ਨੁਕਸਾਨ ਹੈ ਦੂਸਰਾ ਹੈ ਕਿ ਜਿਹੜਾ ਇਲਜ਼ਾਮ ਤੁਰਾਸ਼ੀ ਦੋਨੋਂ ਤਰਫ ਤੇ ਹੋਈ ਹੈ ਸਜਾ ਜਾਨੀ ਦੀ ਤਰਫੋਂ ਵੀ ਹੋਈ ਹੈ ਉਧਰੋਂ ਵੀ ਹੋਈ ਉਹਨਾਂ ਨੇ ਦੇਖ ਉਹਨਾਂ ਨੇ ਕਾਤੋਂ ਕਰਨੀ ਹੈ ਨੇ ਕਿਉਂ ਬੰਦਾ ਖੈਰ ਨਹੀਂ ਆਈ ਉਹਨੇ ਲੋ ਲੇਕਿਨ ਫਿਲਹਾਲ ਦੇ ਇੱਕ ਸਾਈਡ ਤੋਂ ਇਜ਼ਾਮ ਲੱਗ ਰਹੇ ਨੇ ਇਧਰ ਉਹ ਸਿਰਫ ਡਿਫੈਂਡ ਕਰ ਰਹੇ ਨੇ ਜਾਂ ਤੱਕ ਕਿਉਂਕਿ ਕੋਈ ਡੀ ਉਹ ਉਹਨਾਂ ਤੱਕ ਤਾਂ ਗੱਲ ਹੀ ਨਹੀਂ ਜਾਣਦੇ ਨਹੀਂ ਇਨਸ਼ਾਅੱਲਾ ਤੁਹਾਡੇ ਭਰਾ ਨੇ ਅੱਛਾ ਹਾਂਜੀ ਇਹ ਮੈਨਾ ਟੇਬਲ ਟਾਕ ਵੀ ਕਰੇਗੀ ਤੇ ਝੂਠੀ ਹੋ ਗਈ ਉਠੇਗੀ ਇਹਦੇ ਕੋ ਕੁਝ ਵੀ ਨਹੀਂ ਹੈ ਯਾਰ ਸਭ ਤੋਂ ਪਹਿਲੇ ਨੇ ਹੁਣ ਵੀਡੀਓ ਆਪਣੀ ਚ ਕਹਿਣਾ ਕਿ ਮੈਂ ਸਬੂਤ ਦਿੰਨੀ ਆ ਸਭ ਤੋਂ ਪਹਿਲੇ ਮੈਂ ਸਬੂਤ ਦਿਨਾਵਾ ਕਿ ਉਹ ਪਰਚਾ ਝੂਠਾ ਵਾ ਅੱਛਾ ਜਿਹੜਾ ਇਹਨੇ ਕਰਾਇਆ ਵਾ ਨੇ ਇਹੇ ਸਬੋਤ ਦਵੇ ਕਿ ਪਰਚਾ ਸੱਚਾ ਹੈ। ਇਹਦਾ ਇਸ ਮੋਟਿਵ ਕੀ ਹੋ ਸਕਦਾ ਹੈ ਪਿੱਛੇ? ਤੁਹਾਨੂੰ ਲੱਗਦਾ ਕਿ ਪਿੱਛੇ ਕੋਈ ਐਸਾ ਇਲੀਗਲ ਐਡਵਾਈਜ਼ਰ ਬੈਠਾ ਹੋਇਆ ਹੈ ਜਾਂ ਕੋਈ ਇਨਵੈਸਟਰ ਬੈਠਾ ਹੈ ਜਾਂ ਕੋਈ ਬੰਦਾ ਬੈਠਾ ਹੈ ਜਿਹੜਾ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਕਰੋ ਤਾਂ ਸਜ਼ਾ ਆ ਜਾਣੀ ਕੋ ਪੈਸੇ ਕਢਾਣੇ। ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਸਕਦੀ ਹੈ। ਹਾਂਜੀ ਹੈਗੇ ਨੇ ਇੱਕ ਦੋ ਬੰਦੇ ਇੱਕ ਤੇ ਵੈਸੇ ਸਿੱਧਾ-ਸਿੱਧਾ ਹੀ ਐਸ ਵੀਡੀਓ 'ਚ ਇਹਨੇ ਵੈਸੇ ਖੁਰਕੀਤੀ ਹੈ। ਫੇਵਰ ਯਾਰ ਉਸ ਬੰਦੇ ਦੀ ਫੇਵਰ ਕਰ ਰਹੀ ਆ। ਤੁਹਾਨੂੰ ਮੈਂ ਦੱਸਾਂ ਕੀ ਗੱਲ ਚੱਲੀ ਆ। ਵੈਸੇ ਇਹਨੇ ਪਰਚਾ ਕਰਾਇਆ ਸੀ। ਉਦੋਂ ਮੈਂ ਇਹ ਹੁਣ ਕਹਿ ਰਹੀ ਨਾ ਸੁਨਹਿਨ 60000 ਰੁਪਇਆ ਲੈ ਕੇ ਸਜਾ ਜਾਨੀਏ ਲੋਕ ਗੱਲਾਂ ਕਰ ਰਿਹਾ ਲੱਖ ਰੁਪਇਆ ਲੈ ਕੇ ਇਹਨੂੰ ਅਵੈਸ ਨੇ ਗਾਲਾਂ ਕੱਢੀਆਂ ਸੀ ਤੇ ਸੁਨਹਿਨ ਉਹਦੇ ਘਰ ਦੋਵਰੀ ਪੁਲਿਸ ਲੈ ਕੇ ਆਇਆ ਸੀ ਵੈਸ ਤੇ ਘਰ ਅਵੈਸ ਦੇ ਘਰ ਅਵੈਸ ਦੇ ਕੋਲੋਂ ਮਾਫੀ ਸੁਨਹਿਨ ਨੇ ਮੰਗਵਾਈ ਸੀ ਉਦੋਂ ਮੈਂ ਤੇ ਕਿੰਨੇ ਪੈਸੇ ਲੈਏ ਸੀ 10 ਮੈਨੋਂ ਕਿੰਨੇ ਕ ਪੈਸੇ ਲੈ ਕੇ ਮੈਂ ਅਵੈਸ ਦੇ ਨਾਲ ਲੜਨ ਗਿਆ ਸੀ ਪੁਲਿਸ ਲੈ ਕੇ ਗਿਆ ਸੀ ਆਪਣੇ ਸਿਰ ਤੇ ਗਿਆ ਸੀ ਤੇਰਾ ਸਗਾ ਭਰਾ ਬੋਲਿਆ ਸੀ ਤੇਰੇ ਅੱਗ ਚ ਤੇਰੀ ਮਾਂ ਨੂੰ ਗਾਲਾਂ ਕੱਢੀਆਂ ਸੀ ਅੱਜ ਉਹਦੀ ਇਸ ਵਾਰਿਸ਼ ਲੈ ਕੇ ਬੈਠੀ ਆ ਕਿ ਕਿਦਾਂ ਅਵੈਸ ਨੂੰ ਫਸਾਇਆ ਗਿਆ ਤੈਨੂੰ ਨਹੀਂ ਪਤਾ ਅਵੈਸ ਕਿਦਾਂ ਫਸਿਆ ਜਿੱਦਾਂ ਤੂੰ ਫੁਜ਼ਾ ਰਹੀ ਆ ਕਿਸੇ ਨੂੰ ਜਿੱਦਾਂ ਤੂੰ ਰੀਦਾਂ ਨੂੰ ਫੁਜ਼ਾ ਰਹੀ ਆ ਯੂਜ਼ ਕਰ ਰਹੀ ਆ ਚਲੋ ਬਿਹਰਾਲ ਮੇਰਾ ਇਹ ਅਜੋਦੀ ਇਸ ਵਾਰਿਸ਼ ਕਰ ਰਹੀ ਆ ਅਵੈਸ ਦੀ ਅਵੈਸ ਦੇ ਨਾਲ ਹੈ ਬਾਜੀ ਰੀਦਾਂ ਬਚਾਈਏ ਅਵੈਸ ਨੇ ਉਸ ਤੋਂ ਬਾਅਦ ਇੱਕ ਹੋਰ ਬੰਦਾ ਹੈ ਉਹਦਾ ਮੈਂ ਪੱਕੀ ਯਕੀਨ ਨਾ ਆਈਏ ਕਿ ਇਸ ਤੋਂ ਨਹੀਂ ਕਹਿ ਰਹੇ ਆ ਕਿ ਮੇਰੇ ਕੋ ਅਵੈਸ ਦਾ ਤੇ ਸਬੂਤ ਆ ਮਿਲ ਗਿਆ ਸਿੱਧਾ ਹੀ ਵੀਡੀਓ ਜਿਹਨੇ ਆਪ ਦਾ ਕਰਤਾ ਹੈ ਫੇਵਰ ਕਰਕੇ ਫੇਵਰ ਕਰਕੇ ਕਿਉਂਕਿ ਉਹ ਕੁੜੀ ਜਿਹੜੀ ਤਸਵੀਰ ਲੱਗੀ ਆ ਜੋ ਵੀ ਨਾਮ ਆ ਅਵੇਸ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਹ ਕੁੜੀ ਕੌਣ ਆ ਕਿੱਥੇ ਦੀ ਆ ਇਹਨੂੰ ਕਿੱਥੋਂ ਪਤਾ ਲੱਗਾ ਇਹ ਈ ਡੀ ਮਤਲਬ ਕਿ ਕੋਈ ਚਰਾਗ ਨਹੀਂ ਹੈ ਉਹ ਵਾਲਾ ਦੀਨ ਦਾ ਚਲੋ ਇਹਨੂੰ ਵਾਈਂਡ ਅਪ ਕਰਦੇ ਆ ਸਾਰੀ ਗੱਲਾਂ ਨੂੰ ਇਹ ਵਾਈਂਡ ਅਪ ਇਨਸ਼ਾਅੱਲਾ ਆਪਾਂ ਵੀ ਕਰਾਂਗੇ ਬਿਲਾਲ ਹੁਣ ਤੱਕ ਜਿਹੜੀ ਅਪਡੇਟ ਆਈ ਹੈ ਹੁਣ ਤੱਕ ਜਿਹੜੇ ਮਾਮਲੇ ਚੱਲ ਰਹੇ ਨੇ ਹੋਣਾ ਤੇ ਇਹ ਚਾਹੀਦਾ ਸੀ ਕਿ ਅਦਾਲਤਾਂ ਦੇ ਅੰਦਰ ਸਾਰੇ ਮਾਮਲੇ ਹੋ ਜਾਂਦੇ ਅਗਰ ਮੀਆਂ بیوی ਦਾ ਆਪਸ ਕੋਈ ਝਗੜਾ ਚੱਲ ਰਿਹਾ ਕੋਈ ਮਾਮਲਾ ਚੱਲ ਰਿਹਾ ਨੇ ਬਿਹਤਰ ਹੀ ਹੁੰਦਾ ਕਿ ਇਹਨੂੰ ਟੀਵੀ ਤੇ ਲਿਆਉਣ ਦੀ ਬਜਾਏ ਪਬਲਿਕ ਤੇ ਲਿਆਉਣ ਦੀ ਬਜਾਏ ਇਹਨੂੰ ਘਰ ਬੈਠ ਕੇ ਵਡਿਆਂ ਨੂੰ ਵਿੱਚ ਪਾ ਕੇ ਜਾਂ ਸਿਰ ਅਦਾਲਤ ਤੱਕ ਵੀ ਗੱਲ ਚਲੀ ਗਈ ਹੈ ਯਾਰ ਮੈਂ ਅਦਾਲਤ ਤੇ ਆਮਰੀ ਰਿਸੋਲਵ ਕਰ ਦਿੱਤਾ ਜਾਏ ਨਾ ਕਿ ਇਹਨੂੰ ਲੋਕਾਂ ਦੇ ਅੰਦਰ ਉਛਾਲ ਲਿਆ ਜਾਏ ਤੇ ਤੁਹਾਡੀ ਵੀ ਇੱਜ਼ਤ ਖਰਾਬ ਹੁੰਦੀ ਹੈ ਅਗਲੇ ਬੰਦੇ ਦੀ ਵੀ ਇੱਜ਼ਤ ਖਰਾਬ ਹੁੰਦੀ ਹੈ ਤੇ ਇਹ ਸਾਰੇ ਮਾਮਲੇ ਤੁਹਾਡੇ ਸਾਹਮਣੇ ਫਿਰ ਇਹ ਖਰਚਾ ਗੇਮ ਚੱਲ ਰਹੀ ਹੈ ਇੱਕ ਅੱਜ ਮੈਂ ਦੱਸ ਰਿਹਾ ਵਾਂ ਨਾ ਮੈਂ ਇਹ ਸਜਾ ਜਾਣੀ ਨੂੰ ਦੱਸਿਆ ਵਾ ਤੇ ਨਾ ਮੈਂ ਤੈਨੂੰ ਦੱਸਿਆ ਵਾ ਤੇ ਨਾ ਮੈਂ ਕਿਸੇ ਨੂੰ ਵੀ ਦੱਸਿਆ ਵਾ ਇਹ ਅਲੀ ਨੂੰ ਮੈਂ ਅਰਸ਼ਾ ਮਨਾ ਕੇ ਉੱਠਿਆ ਸੀ ਇਹਨੇ ਤਾਂ ਇਹ ਹੀ ਕਹਿਤਾ ਕਿ ਯਾਰ ਮੈਨੇ ਤਾਂ ਉਸੇ ਕੁਝ ਵੀ ਨਹੀਂ ਮਗ ਬੋਲਾ ਮੈਨੇ ਉਸ ਕੋ ਮੈਂ ਉਹਨੂੰ ਕਿਹਾ ਮੈਂ ਤਾਂ ਤੈਨੂੰ ਲਵ ਯੂ ਕਹਿ ਰਿਹਾ ਤੈਨੂੰ ਮਾਂ ਕਹਿ ਰਿਹਾ ਤੇ ਤੂੰ ਅਗੋਂ ਚੁੱਪ ਕਰਕੇ ਬੈਠੀ ਆਂ ਹਾਂ ਮੈਨੇ ਕੁਝ ਬੋਲਾ ਇਸਮੇ ਮੈਂ ਮੇਰਾ ਕੀ ਕਸੂਰ ਓ ਯਾਰ ਅੱਲਾ ਦੀ ਇਹ ਬੰਦੀ ਏ ਤੈਨੂੰ ਇਹ ਵੇਖ ਰਿਹਾ ਵਾ ਕਿ ਇਸ ਚੈਟ ਦੀ ਵੇ ਤਾਂ ਮੇਰਾ ਬੰਦਾ ਮੈਨੂੰ ਤਲਾਕ ਦੇ ਰਿਹਾ ਵਾ ਤੇਰੇ ਨਾਲ ਤੇਰਾ ਭਰਾ ਤੈਨੂੰ ਛੱਡ ਕੇ ਜਾ ਰਿਹਾ ਵਾ ਤੇ ਤੂੰ ਉਸ ਬੰਦੇ ਨੂੰ ਕੁਝ ਵੀ ਨਹੀਂ ਕਹਿਆ ਦਾ ਕੀ ਮਕਸਦ ਆ ਕਿ ਤੇਰਾ ਦਿਲ ਸੀ ਉਹ ਤੈਨੂੰ ਕਵੇ ਇਹ ਉਹ ਗੱਲ ਕਰ ਰਹੇ ਆ ਕਿ ਇਹ ਅਦਾਲਤਾਂ ਦੇ ਮਾਮਲੇ ਅਦਾਲਤਾਂ ਚ ਸੋਲਵ ਹੋ ਸਕਦੇ ਸੀ ਜੇਕਰ ਇਹਨੂੰ ਮੀਡੀਆ ਚ ਨਾ ਲਿਆਇਆ ਜਾਂਦਾ ਨਾ ਇਨੀ ਖੱਪਾਈ ਤੇਜੀ ਰੇਟਿੰਗ ਗੇਮ ਰੇਟਿੰਗ ਇਹਦਾ ਚੈਨਲ ਦੇਖ ਲਓ ਇਹਦਾ ਚੈਨਲ ਦੇਖ ਲਓ ਜਦੋਂ ਦਾ ਮੈਂ ਤੋਂ ਅਲੈਦਾ ਹੋਇਆ ਮੈਂ ਨਹੀਂ ਕਰ ਰਹੇ ਕਿ ਮੇਰੀ ਵਜ੍ਹਾ ਤੋਂ ਹੀ ਵੀਵਰਸ਼ਿਪਸ ਹਾਂ ਮੈਂ ਆਪ ਨਹੀਂ ਕਿਤੇ ਇਹ ਤੱਕ ਕੰਮ ਕੀਤਾ ਨਹੀਂ ਹੂੰ ਇਸ ਐਵਰੇਜ ਵਿਊਜ਼ ਘਟਾ ਰਹੇ ਨੇ 1200 ਵਿਊਜ਼ ਆ ਰਹੇ ਨੇ 6 ਲੱਖ ਸਬਸਕ੍ਰਾਈਬਰਸ 1.2k ਇਨ 4 ਡੇਸ ਸਮਿਰ ਮੈਂ ਆਪ ਮੈਂ ਕਿਉਂ ਨਹੀਂ ਕੰਮ ਕੀਤਾ ਕਿਤੇ ਆਏ ਨੇ ਨਾ ਅੱਜ ਬੜੀ ਗਲਤ ਗੱਲ ਕੀਤੀ ਮੈਨੂੰ ਨਾ ਚੁੱਪ ਨਹੀਂ ਰਹਿ ਹੋ ਰਿਹਾ ਸਿਰਫ ਤੁਹਾਡੀ ਵਜ੍ਹਾ ਤੋਂ ਚੁੱਪਾਂ ਕਿ ਮੈਂ ਇਦਾਂ ਦੀਆਂ ਗੱਲਾਂ ਨਾ ਕਰਾਂ ਮੈਂ 9 ਮਹੀਨੇ ਕੰਮ ਨਹੀਂ ਕੀਤਾ ਉਮਰ ਭਾਈ ਤੁਸੀਂ ਦੱਸੋ ਮੈਂ ਸਜਾ ਜਾਨੀ ਕੋ ਨਹੀਂ ਸੀ ਜਾ ਸਕਦਾ ਜਾ ਕੇ ਮਾਫੀ ਨਹੀਂ ਸੀ ਮੰਗ ਸਕਦਾ ਮੈਂ ਮੈਂ ਜੋ ਵੀ ਕੀਤਾ ਮੈਂ ਜਾ ਕੇ ਕੰਮ ਕਰ ਸਕਦਾ ਹਾਂ ਮੈਂ ਕਿਉਂ ਨਹੀਂ ਗਿਆ ਕੋਈ ਯਾਰ ਇਹ ਇਹ ਨਾ ਸੋਚੇ ਕਿ ਸਜਾ ਜਾਨੀ ਨੇ ਛਡਾਇਆ ਸਜਾ ਜਾਨੀ ਨੇ ਗਿਆ ਸੁਣਨ ਵਾਪਸ ਆਇਆ ਮੈਂ ਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਆਇਆ ਕਿ ਯਾਰ ਤੂੰ ਬਗੈਰਤ ਬਣ ਕੇ ਰਹਿ ਰਹੇ ਆਂ ਮੈਂ ਯਾਰ ਅਮੇ ਕੋ ਸਬੂਤ ਆਇਆ ਵਾ ਤੇ ਦੱਸੇ ਇਹ ਔਰਤ ਉਸ ਤੋਂ ਬਾਅਦ ਇੱਕ ਘੰਟਾ ਵੀ ਮੈਂ ਜੇ ਇਹਦੇ ਘਰ ਰਿਹਾ ਵਾਂ ਜਿੱਦਾਂ ਹੀ ਮੇਰੇ ਕੋ ਸਬੂਤ ਆਇਆ ਵਾ ਮੈਂ ਇੱਕ ਘੰਟਾ ਨਹੀਂ ਗੁਜ਼ਾਰਿਆ ਉਹ ਖੈਰ ਫਿਰ ਉਹੀ ਗੱਲ ਅਦਾਲਤਾਂ ਦੇ ਮਾਮਲੇ ਆ ਤੇ ਬਾਕੀ ਦੋਸਤੋ ਇਹ ਸਾਰੇ ਮਾਮਲੇ ਸਾਰੀ ਗੱਲਬਾਤ ਤੁਹਾਡੇ ਦੀ ਸੰਝ ਕੀਤੀ ਹੈ ਤੇ ਬਾਕੀ ਕੌਣ ਹੱਕ ਤੇ ਕੌਣ ਹੱਕ ਤੇ ਨਹੀਂ ਹੈ ਫੈਸਲਾ ਮੇਰੇ ਖਿਆਲ ਆਰ.ਆਰ.ਏ. ਚੰਦ ਦਿਨ ਅਜ ਹੋ ਜਾਏਗਾ ਕੁਝ ਅਦਾਲਤਾਂ ਵੱਲੋਂ ਕੁਝ ਤੁਹਾਡੇ ਵੱਲੋਂ ਸਾਰੇ ਮਾਮਲੇ ਜਦੋਂ ਸਾਹਮਣੇ ਆਣਗੇ ਤੇ ਬਾਕੀ ਇਹਦੇ ਨਾਲ ਹੀ ਆਪਣੇ ਹੋਸਟ ਮਰਸਲੀਮ ਉਦੀਉ ਜਾਦਤ ਸਾਡੇ ਨਾਲ ਸੀ ਹਸਤਾਨ ਤੇ ਬਾਕੀ ਜਿਹੜਾ ਹੈਗਾ ਅੱਲਾ ਖੈਰਕੀਤ ਰੱਖੇ ਰੱਬ ਰੱਖੇ ਅੱਲਾ ਹਫੀਜ਼